ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਿੱਖ ਧਰਮ ਬਾਰੇ ਕੋਈ ਨਾ ਕੋ ਇਹੋ ਜਿਹਾ ਟੌਪਿਕ ਲੈ ਕੇ ਗੱਲ ਕੀਤੀ ਜਾਵੇ ਜਿਹਦੀ ਕਿ ਸਾਨੂੰ ਸਮਝਣ ਦੀ ਬੜੀ ਲੋੜ ਹੈ ਨਹੀਂ ਤਾਂ ਅਸੀਂ ਬਸ ਪੜਕੇ ਉਤ ਨੰਗ ਜਾਂਦੇ ਹਾਂ ਅਤੇ ਅੱਜ ਵੀ ਕੋ ਜੂ ਇਹੋ ਜਿਹਾ ਵਿਚਾਰਾਂ ਕਰਨ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਬਤਾਰ ਸਿੰਘ ਜੀ ਸਿੱਖ ਚੈਨਲ ਦੇ ਸਟੂਡੀਓ ਵਿੱਚ ਹਾਜ਼ਰ ਨੇ ਹਮੇਸ਼ਾ ਤਰ੍ਹਾਂ ਉਹ ਬੜੀਆਂ ਸੁਲਝੀਆਂ ਹੋਈਆਂ ਸੁਝਾਅ ਦਿੰਦੇ ਨੇ ਸੁਲਝੇ ਹੋਏ ਸੁਝਾਏ ਸੁਝਾਅ ਕਿਉਂਕਿ ਉਹ ਇਹਨਾਂ ਲੀਹਾਂ ਥਣੇ ਲੰਗੇ ਹੋਏ ਨੇ ਉਹਨਾਂ ਨੇ ਇਹ ਸਭ ਕੁਝ ਦੇਖਿਆ ਅਤੇ ਇਹਨਾਂ ਦੇ ਵਿੱਚ ਵਿਚਰ ਕੇ ਇਨਪੰਡਿਆ ਤੇ ਚੱਲ ਕੇ ਬੜਾ ਚਿਰ ਆਪਣਾ ਜੀਵਨ ਬਤੀਤ ਕੀਤਾ ਅੱਜ ਗੱਲ ਕਰਨ ਜਾ ਰਹੇ ਆ ਆਪਾਂ ਸ਼ੁਰੂ ਕਰਦੇ ਹਾਂ ਕਿ ਸਭ ਸੱਚੇ ਪਾਤਸ਼ਾਹ ਤਨਗੂ ਨਾਨਕ ਸਤਗੁਰੂ ਦਾ 550 ਸਾਲਾ ਜਿਹੜਾ ਕਿ ਬੜੀ ਧੂਮ ਤਮਨਾ ਸਾਰੇ ਜਗਤ ਵਿੱਚ ਮਨਾਇਆ ਗਿਆ ਤੇ ਮਨਾਇਆ ਜਾ ਰਿਹਾ ਹੈ ਅਗਲਾ ਸਾਰਾ ਸਾਲ ਆਪੋ ਆਪਣੀ ਇੱਤਿਹਾਸ ਅਸਾਰ ਸਾਰੇ ਨੇ ਪ੍ਰੋਗਰਾਮ ਕੀਤੇ ਨਗਰ ਕੀਰਤਨ ਕੀਰਤਨ ਦਰਬਾਰ ਰਾਗ ਦਰਬਾਰ ਸਭ ਕੁਝ ਹੋਇਆ ਅਤੇ ਇਸ ਵੇਲੇ ਚੱਲ ਵੀ ਰਹੇ ਨੇ ਕੱਲ ਆਪਾਂ ਕਰਨੀ ਹੈ ਕਿ ਪ੍ਰੋਗਰਾਮ ਕਰਕੇ ਇਹੋ ਜੇ ਕੋਈ ਵੀ ਕੰਮ ਕਾਜ ਕਰਕੇ ਜੇ ਉਹਨੂੰ ਐਨਾਲਾਈਜ਼ ਨਾ ਕੀਤਾ ਜਾਵੇ ਤਾਂ ਉਹਦੇ ਵਿੱਚ ਉਹਦੀਆਂ ਪ੍ਰਾਪਤੀਆਂ ਜਾਂ ਤਰੁੱਟੀਆਂ ਉਹ ਸਾਹਮਣੇ ਨਹੀਂ ਆਉਂਦੀਆਂ ਅਤੇ ਸਿਆਣੇ ਉਹ ਹੀ ਹੁੰਦੇ ਨੇ ਜਿਹੜੇ ਕਿਤੇ ਕੀਤੇ ਹੋਏ ਕੰਮ ਨੂੰ ਐਨਾਲਾਈਜ਼ ਕਰਕੇ ਉਹਦੇ ਵਿੱਚੋਂ ਕੀ ਖੱਟਿਆ ਤੇ ਕੀ ਗਵਾਇਆ ਜੇ ਗਵਾਇਆ ਹੈ ਤੇ ਉਸ ਨੂੰ ਕਿਦਾਂ ਸੁਧਾਰਨਾ ਹੈ ਜੇ ਖੱਟਿਆ ਹੈ ਤੇ ਉਹਨੂੰ ਹੋਰ ਕਿਉਂ ਚੋਗਣਾ ਕਿਸ ਤਰ੍ਹਾਂ ਕਰਨਾ ਇਹੋ ਜਿਹੀਆਂ ਗੱਲਾਂ ਕਰਨ ਜਾ ਰਹੇ ਹਾਂ ਸਤਕਾਰਯੋਗ ਭਾਈ ਸਾਹਿਬ ਜੀ ਭਾਇਓ ਤਾਸੀ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਇਗੁਰ ਦੀ ਪ੍ਰਤੀ ਤਨਗੁਣਾ ਸਾਹਿਬ ਜੀ ਦੇ ਪੱਛੇ 550 ਸਾਲਾਂ ਮਨਾਇਆ ਤੁਸੀਂ ਇੰਡੀਆ ਵੀ ਗਏ ਉੱਥੋਂ ਪਾਕਿਸਤਾਨ ਵੀ ਅਤੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਿਸ ਤੱਕ ਹੋ ਸਕਿਆ ਸ਼ਮੂਲੀਅਤ ਵੀ ਕੀਤੀ ਅਤੇ ਇੱਥੇ ਵਾਪਸ ਆਏ ਇੱਥੇ ਵੀ ਜੋ ਪ੍ਰੋਗਰਾਮ ਹੋ ਰਹੇ ਹੋ ਰਹੇ ਨੇ ਤੇ ਮੈਂ ਥੋੜਾ ਜਿਹਾ ਭਾਈ ਸਾਭ ਜੀ ਤੇ ਵਿਸਥਾਰ ਨਾਲ ਥੋੜਾ ਜਿਹਾ ਚਾਨਣਾ ਪਾਉਣਾ ਕਿ ਨਗਰ ਕੀਰਤਨ ਦੇ ਸ਼ੁਰੂਆਤ ਤਕਰੀਬਨ ਸਤੰਬਰ ਦੇ ਵਿੱਚ ਜੇ ਚੇਤਾ ਮੈਨੂੰ ਨਾ ਨਾ ਭੁੱਲਣਾ ਸਤੰਬਰ ਵਿੱਚ ਨਨਕਾਨ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ ਦੁਨੀਆ ਦੇ ਇੰਡੀਆ ਦੇ ਕੋਨੇ-ਕੋਨੇ ਵਿੱਚ ਫਿਰਕੇ ਆਇਆ ਤੇ ਉਸ ਤੋਂ ਬਾਅਦ ਵੱਡੇ-ਵੱਡੇ ਪ੍ਰੋਗਰਾਮ ਬਹੁਤ ਸਮਾਗਮ ਹੋਏ ਇਹਨਾਂ ਦੀ ਪਹਿਲਾਂ ਤੇ ਥੋੜੀ ਜਿਹੀ ਪ੍ਰਾਪਤੀਆਂ ਦੱਸੋ ਕਿ ਸਿੱਖ ਕੌਮ ਨੂੰ ਐਸੇ ਸੁਚਜੇ ਸਮੁੱਚੇ ਤੌਰ ਦੇ ਉੱਤੇ ਸਿੱਖ ਕੌਮ ਨੂੰ ਕੀ ਪ੍ਰਾਪਤੀ ਹੋਈ ਹੈ ਡਾਕਟਰ ਸਾਹਿਬ ਬਹੁਤ ਤਨਵਾਦਵਾ ਜਦੋਂ ਗੱਲ ਅਸੀਂ ਨਗਰ ਕੀਰਤਨ ਦੀ ਕਰੀਏ ਜੇ ਐਸੇ ਤੇ ਪ੍ਰੋਗਰਾਮ ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਗਰਾਮ ਹੋਏ ਨਗਰ ਕੀਰਤਨ ਰਾਹੀਂ ਪੂਰੇ ਭਾਰਤ ਦੇ ਵਿੱਚ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਨਨਕਾਣਾ ਸਾਹਿਬ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਤੱਕ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੀ ਯਾਦ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤੀ ਰੂਪ ਤੇ ਵਿੱਚ ਗਏ ਉੱਥੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦੀ ਗੱਲ ਵੀ ਕੀਤੀ ਲੋਕਾਂ ਦੇ ਵਿੱਚ ਵੀ ਇਹ ਗੱਲ ਗਈ ਕਿ ਗੁਰੂ ਨਾਨਕ ਸਾਹਿਬ ਦੀ ਉਹਦੇ ਨਾਲ ਇਹ ਬੜੀ ਵੱਡੀ ਪ੍ਰਾਪਤੀ ਹੋਈ ਕਿ ਪੂਰੇ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਇਸ ਸਾਲ 550 ਸਾਲਾ ਮਨਾਉਂਦੇ ਆ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਬਾਰੇ ਵਿੱਚ ਪਤਾ ਲੱਗਾ ਸੋ ਜੇ ਨਗਰ ਕੀਰਤਨ ਦੀ ਗੱਲ ਕਰੀਏ ਤੇ ਇਹਦੇ ਨਾਲ ਜਿਹੜੀ ਚੇਤਨਤਾ ਹੁੰਦੀ ਹੈ ਹਮ ਜਾਣ ਪਛਾਣ ਬਣਦੀ ਹੈ ਜਾਣ ਪਛਾਣ ਬਣਦੀ ਹੈ ਇੱਕ ਜਲਵਾ ਹੁੰਦਾ ਹੈ ਜਿਹੜਾ ਜਜ਼ਬਾਤੀ ਤੌਰ ਦੇ ਉੱਤੇ ਕੌਮ ਦੇ ਵਿੱਚ ਜਾਗਰਤੀ ਪੈਦਾ ਹੁੰਦੀ ਹੈ ਇਕ ਚਾ ਸ਼ਰਦਾ ਪਿਆਰ ਉਹ ਸਾਰਾ ਕੁਝ ਇਹਦੇ ਨਾਲ ਜੁੜਿਆ ਹੋਇਆ ਹੁੰਦਾ ਬੇਸ਼ੱਕ ਇਹਦੇ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਵੀ ਜੁੜੀਆਂ ਹੋਈਆਂ ਕਈ ਲੋਕਾਂ ਨੇ ਇਹਦਾ ਵਿਰੋਧ ਵੀ ਇਸ ਕਰਕੇ ਕੀਤਾ ਹੈ ਕਿ ਲੋਕਾਂ ਨੂੰ ਇਨਕਨਵੀਨੀਅੰਸ ਕਿੰਨੀ ਹੁੰਦੀ ਹੈ ਹਾਂਜੀ ਐਂਡ ਕਿੰਨਾ ਸਾਰਾ ਇਹਦੇ ਉੱਤੇ ਰਿਸੋਰਸਸ ਕਿੰਨੇ ਲੱਗਦੇ ਆ ਔਰ ਸਾਰਾ ਕੁਝ ਹੁੰਦਾ ਪਰ ਉਹਦੇ ਨਾਲ ਉਹਨੂੰ ਜਦੋਂ ਅਸੀਂ ਬੈਲੈਂਸ ਕਰਕੇ ਵੇਖਦੇ ਆ ਜਿਵੇਂ ਤੁਸੀਂ ਆਖਿਆ ਕਿ ਉਹਦੀਆਂ ਪ੍ਰਾਪਤੀਆਂ ਕੀ ਆ ਤੇ ਉਹਦੇ ਨੁਕਸਾਨ ਕੀ ਹੋਏ ਪ੍ਰਾਪਤੀਆਂ ਤੇ ਬਹੁਤ ਨੇ ਤੇ ਜੇ ਨੁਕਸਾਨਾਂ ਦੀ ਗੱਲ ਕਰਨੀ ਹੋਵੇ ਤੇ ਮੈਂ ਸਮਝਦਾ ਕਿ ਸਭ ਤੋਂ ਵੱਡਾ ਨੁਕਸਾਨ ਤੇ ਇਹ ਹੈ ਹੋਇਆ ਇਸ ਨਗਰ ਕੀਰਤਨ ਦਾ ਕਿ ਇਸ ਨਗਰ ਕੀਰਤਨ ਤੇ ਚੜੇ ਹੋਏ ਪੈਸੇ ਦੀ ਬੜੀ ਕ腐ਪਸ਼ਨ ਹੋਈ ਹਮ ਹਮ ਬੇਹਿਸਾਬ ਸੰਗਤਾਨੇ ਸ਼ਰਦਾ ਦੇ ਨਾਲ ਮਾਇਆ ਭੇਟ ਕੀਤੀ ਔਰ ਪ੍ਰਬੰਧਕਾਂ ਨੇ ਸਿਆਸੀ ਆਗੂਆਂ ਨੇ ਉਸ ਮਾਇਆ ਨੂੰ ਕਿੱਥੇ ਕਿਵੇਂ ਵਰਤਣਾ ਹੈ ਉਹਦਾ ਕੋਈ ਹਿਸਾਬ-ਕਿਤਾਬ ਨਹੀਂ ਹਾਲੇ ਤੱਕ ਕੋਈ ਹਿਸਾਬ-ਕਿਤਾਬ ਨਹੀਂ ਆਇਆ ਕੋਈ ਹਿਸਾਬ-ਕਿਤਾਬ ਨਹੀਂ ਤੇ ਸ਼ਾਇਦ ਆਵੇ ਵੀ ਨਾ ਹਮ ਹਮ ਤੇ ਜੇ ਆ ਵੀ ਗਿਆ ਤੇ ਉਹ ਕਿੰਨਾ ਕੁ ਮਤਲਬ ਪਾਰਦਰਸ਼ੀ ਹੈ ਕਿੰਨਾ ਕੁ ਠੀਕ ਹੈ ਇਹ ਆਉਣ ਵਾਲਾ ਸਮਾਂ ਹੀ ਮਤਲਬ ਦੱਸੂਗਾ ਕਿਉਂਕਿ ਜਿਹੜਾ ਮਤਲਬ ਧੰਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਜਾਂਦਾ ਹੈ ਉਹ ਕੋਈ ਰਸੀਦ ਕੱਟ ਕੇ ਦਿੱਤੀ ਨਹੀਂ ਹੁੰਦੀ ਸ਼ਰਦਾ ਦੇ ਨਾਲ ਮਾਇਆ ਪੇਟ ਕੀਤੀ ਹੁੰਦੀ ਹੈ ਤੇ ਉਹ ਬੁਰੀਆਂ ਭਰ ਭਰ ਕੇ ਬਾਦਸ਼ ਰਾਖ ਕੇ ਬਖਰੇ ਕਰਕੇ ਗਿਨੇ ਜਾਂਦੇ ਨੇ ਉਹ ਬਹੁਤ ਸਾਰਾ ਇਸ ਪੱਖੋਂ ਵੀ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਕੀਤਾ ਹੈ ਕਿ ਜਿਹੜਾ ਇੱਕ ਪਰਿਵਾਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੋ ਕੇ ਬੈਠਾ ਹੈ ਉਹਨਾਂ ਨੇ ਆਪਣੀ ਸਿਆਸੀ ਹਿੱਤਾਂ ਵਾਸਤੇ ਉਹ ਜਿਹੜਾ ਸਿੱਖਾਂ ਦੀ ਸ਼ਰਧਾ ਨਾਲ ਚੜਾਵਾ ਚੜਾਇਆ ਹੋਇਆ ਐਸਾ ਸੀ ਉਹਦੀ ਦੁਰਵਰਤੋਂ ਕਰਨੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਨੁਕਸਾਨ ਵੀ ਹੈ ਪਰ ਇਹਦੇ ਨਾਲ ਜੇ ਅਸੀਂ ਸੰਗਤੀ ਰੂਪ ਦੇ ਵਿੱਚ ਵੇਖੀਏ ਸੁਧਾਰਨ ਜਨਤਾ ਦੇ ਰੂਪ ਦੇ ਵਿੱਚ ਵੇਖੀਏ ਤੇ ਇਹਦੇ ਨਾਲ ਲੋਕਾਂ ਦੇ ਵਿੱਚ ਜਾਗਰਤੀ ਆਈ ਹੈ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਬਾਰੇ ਵਿੱਚ ਪਤਾ ਲੱਗਾ ਹੂੰ ਕਿਉਂਕਿ ਜੇ ਨਗਰਕੀਤਨਾ ਆਪਾਂ ਦੇਖਦੇ ਰਹੇ ਹਾਂ ਜਦੋਂ ਬੰਗਾਲ ਵਿੱਚ ਉਧਰ ਤੂੰ ਦੂਰ-ਦਰਾਡੇ ਉਹਨਾਂ ਮੁਲਕਾਂ ਵਿੱਚ ਜਾਂ ਜਿੱਥੇ ਸਿੱਖਾਂ ਦੀ ਬਸੋਂ ਬਹੁਤ ਘੱਟ ਹੈ ਹਾਂ ਬਹੁਤ ਕਿਉਂਕਿ ਆਖਰਕਾਰ ਉਹਨੇ ਬਾਹਰ ਰੋੜ ਜਾਣਾ ਹੈ ਹਾਂ ਸਿੱਖਾਂ ਦੀ ਬਸੋਂ ਤੇ ਜਿਹੜੇ ਬਾਹਰ ਦੇ ਵੱਡੇ ਸ਼ਹਿਰ ਨੇ ਉਹਨਾਂ ਵਿੱਚ ਹੀ ਹੈ ਖਾਸ-ਖਾਸ ਥਿੱਤਿਆਂ ਵਿੱਚ ਹੈ ਪਰ ਜੇ ਤੁਸੀਂ ਟਰੈਵਲ ਕਰਕੇ ਜਾਣਾ ਹੈ ਵੱਖਰੇ-ਵੱਖਰੇ ਜਗ੍ਹਾ ਤੇ ਰਾਤ ਨੂੰ ਉਹ ਵੀ ਕਾਫਲੇ ਰੂਪ ਵਿੱਚ ਵੱਡੇ ਕਾਫਲੇ ਰੂਪ ਦੇ ਵਿੱਚ ਪੰਜ ਸਿੰਘ ਸਾਹਿਬ ਨੇ ਮੁਰੇ ਹਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਹੈ ਉਹਦੇ ਨਾਲ ਹੋਰ ਬਹੁਤ ਸਾਰਾ ਲੰਮ ਲਸ਼ਕਰ ਹੈ ਇਹ ਲਿਟਰੇਚਰ ਦੀਆਂ ਕਿਤਾਬ ਬੁੱਕ ਬਸਾਂ ਨੇ ਹਾਂਜੀ ਗੱਤਕੇ ਦੇ ਮਾਰਸ਼ਲ ਆਰਟਸ ਦੀਆਂ ਗਰੁੱਪਸ ਨੇ ਜਾ ਰਹੇ ਨਾਲ ਬੈਂਡ ਵਾਜੇ ਜਾ ਰਹੇ ਨੇ ਸਕੂਲਾਂ ਦੇ ਬੱਚੇ ਜਾ ਰਹੇ ਨੇ ਨਾਲ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਚਾਅ ਤੇ ਉਤਸ਼ਾਹ ਪੈਦਾ ਹੁੰਦਾ ਤੇ ਗੁਰੂ ਨਾਨਕ ਸਾਹਿਬ ਬਾਰੇ ਲੋਕਾਂ ਦੇ ਵਿੱਚ ਗੱਲ ਜਾਂਦੀ ਸੋ ਸੁਭਾਵਿਕ ਹੀ ਹੈ ਕਿ ਜੋ ਜੋ ਇਹੋ ਜਿਹਾ ਮਾਹੌਲ ਹੋਵੇ ਜਾ ਰਹੇ ਹੋਣ ਤੇ ਜਿਹੜਾ ਬੰਦਾ ਬੈ ਉਹ ਸੁਭਾਵਿਕ ਹੀ ਪੁੱਛਦਾ ਭਾਵੇਂ ਨਾ ਪਏ ਕਿ ਇਹ ਕੀ ਹੈ ਕੋਣ ਹੈ ਦੂਸਰੀ ਗੱਲ ਹੈ ਕਿ ਆਮ ਜਨਤਾ ਸਧਾਰਨ ਲੋਕ ਨੇ ਜਿਹੜੇ ਜਜ਼ਬਾਤੀ ਹੁੰਦੇ ਨੇ ਹੂੰ ਸੇਖਾਂ ਦੀ ਅਸੀਂ ਗੱਲ ਕਰੀਏ ਆਮ ਸਿੱਖਾਂ ਦੀ ਤੇ ਉਹ ਸ਼ਰਦਾਬਾਨ ਨੇ ਆਮ ਸਿੱਖ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਵੇਖਣਾ ਹੈ ਜੀ ਉਹਨੂੰ ਸਿਆਸਤਦਾਨਾਂ ਨੇ ਕਿਸ ਤਰ੍ਹਾਂ ਨਾਲ ਉਹਦੀ ਦੁਰਵਰਤੋਂ ਕੀਤੀ ਐ ਐਮਐਸਯੂਜ਼ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਠੀਕ ਹੈ ਇਹਦੇ ਨਾਲ ਉਹਦਾ ਬੜਾ ਵਾਸਤਾ ਨਹੀਂ ਪਰ ਉਹਨਾਂ ਦਾ ਇਸ ਪ੍ਰਤੀ ਥੋੜਾ ਜਿਹਾ ਜਿਹੜਾ ਸੀ ਨਾ ਇੱਕ ਰੋਸ ਜਿਹਾ ਜਿਹਨੂੰ ਕਹਿੰਦੇ ਇੱਕ ਬੇਮੁਖ ਜਿਹਾ ਅਸੀਂ ਨਹੀਂ ਇਹਨੂੰ ਪ੍ਰਵਾਨ ਕਰਦੇ ਉਹ ਸੁਲਤਾਨਪੁਰ ਵੇਖਣ ਨੂੰ ਸਪਸ਼ਟ ਮਿਲਿਆ ਮੈਂ ਤਾਂ ਵੇਖਿਆ ਆਪਾਂ ਅੱਜ ਅਗਲੇ ਆਉਣ ਵਾਲੇ ਸਮੇਂ 'ਚ ਇਹਦੀ ਗੱਲ ਕਰਦੇ ਆ ਜੀ ਜਿਹੜਾ ਸੋ ਇਹ ਨਗਰ ਕੀਰਤਨ ਬੜੇ ਹੀ ਸ਼ਰਧਾ ਪਿਆਰ ਦੇ ਨਾਲ ਚ ਤਕਰੀਮ ਦੋ ਟਾਈਮ ਹੀ ਨੇ ਚੱਲਿਆ ਅਤੇ ਇਹਦੇ ਵਿੱਚ ਜਿਹੜੇ ਪੰਜਾਬ ਦੇ ਕਈ ਇੰਡੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਬੜੀ ਇੱਕ ਗੱਲ ਜਿਹੜੀ ਆ ਭਾਈ ਸਾਹਿਬ ਨੂੰ ਦੱਸੀਏ ਕਿ ਆਮ ਜਦੋਂ ਇਹ ਕਾਫਲਾ ਜਾਂਦਾ ਹੈ ਤੇ ਲੋਕ ਆਪ ਪੁੱਛ ਰਹੇ ਜਿਹਨੂੰ ਨਹੀਂ ਪਤਾ ਉਹ ਹੀ ਪੁੱਛਦਾ ਹੈ ਕਿ ਇਹ ਕੋੜਾ ਇਹ ਮਤਲਬ ਇਹ ਨਗਰ ਕੀਰਤਨ ਦਾ ਇਹੀ ਹੁੰਦਾ ਹੈ ਕਿ ਆਮ ਜਨਤਾ ਜਿਹੜੀ ਉੱਥੇ ਨਹੀਂ ਆ ਸਕਦੀ ਗੁਰੂ ਘਰਾਂ ਵਿੱਚ ਜਨ ਜਿਹੜੀ ਨਹੀਂ ਪਤਾ ਉਹਨਾਂ ਤੱਕ ਮੈਸੇਜ ਪਹੁੰਚੇ ਅਤੇ ਉਹਦੇ ਵਿੱਚ ਸੈਕਸੈਸਫੁਲ ਹੋਏ ਆ ਉਹਦੇ ਵਿੱਚ ਕਾਮਯਾਬ ਹੋਏ ਔਰ ਐਤਕਾ ਸੋਸ਼ਲ ਮੀਡੀਆ ਬਹੁਤ ਸਾਰੇ ਟੀਵੀ ਚੈਨਲਸ ਸੈਕਸ ਚੈਨਲ ਨੇ ਉਹ ਬਹੁਤ ਲੰਬਾ ਸਮਾਂ ਕਈ ਦਿਨ ਲਗਾਤਾਰ ਭਾਰਤ ਦੇ ਪੰਜਾਬ ਦੇ ਪ੍ਰੋਗਰਾਮਸ ਆਪਣੇ ਦਰਸ਼ਕਾਂ ਨੂੰ ਲਾਈਵ ਦਿਖਾਏ ਕਰਤਾਰਪੁਰ ਜਿਸ ਵੇਲੇ ਪਹਿਲੀ ਵਾਰੀ ਅਸੀਂ ਕਰਤਾਰਪੁਰ ਲਾਂਘਾ ਖੁੱਲਣ ਤੇ ਇਹਦਾ ਪਹਿਲਾ ਜਥਾ ਗਿਆ ਸੀ ਉਹਦਾ ਹਿੱਸਾ ਸੀ ਉਹਨੂੰ ਦੂਰਦਰਸ਼ਨ ਨੇ ਕਵਰ ਕੀਤਾ ਕਿਉਂਕਿ ਹਰ ਕਿਸੇ ਨੂੰ ਮੀਡੀਆ ਨੂੰ ਕਵਰ ਕਰਨ ਦੀ ਆਗਿਆ ਨਹੀਂ ਸੀ ਪਾਕਿਸਤਾਨ ਦੇ ਵਿੱਚ ਦੂਰਦਰਸ਼ਨ ਪਾਸੋਂ ਲੈ ਕੇ ਫੀਡ ਸਿੱਖ ਚੈਨਲ ਨੇ ਲਾਈਵ ਦਿਖਾਈ ਇਥੋਂ ਤੱਕ ਕਿ ਜਦੋਂ ਅਸੀਂ ਕਰਤਾਰਪੁਰ ਤੋਂ ਵਾਪਸ ਆਏ ਨਾ ਕਰਤਾਰਪੁਰ ਦੇ ਵਿੱਚ ਤਾਂ ਪਾਕਿਸਤਾਨ ਸਾਡੇ ਫੋਨ ਨਹੀਂ ਚੱਲਦੇ ਸੀ ਜਦੋਂ ਅਸੀਂ ਵਾਪਸ ਡੇਰਾ ਬਾਬਾ ਨਾਨਕ ਆਏ ਤੇ ਇਥੋਂ ਇੰਗਲੈਂਡ ਤੋਂ ਕਈ ਸੱਜਣਾ ਨੇ ਉਹ ਸਿੱਖ ਚੈਨਲ ਦੇ ਵਿੱਚੋਂ ਕਲਿੱਪ ਫੋਨ ਤੇ ਰਿਕਾਰਡ ਕਰਕੇ ਭੇਜੇ ਕਿ ਅਸੀਂ ਦੇਖ ਲਿਆ ਕਿ ਤੁਸੀਂ ਕਰਤਾਰਪੁਰ ਤਰੇ ਫਿਰਦੇ ਹੋ ਮਤਲਬ ਇਹ ਸਾਰੇ মিডিਆ ਦਾ ਟੀਵੀ ਚੈਨਲਸ ਦਾ ਇਸ ਪਾਸੇ ਬਹੁਤ ਵੱਡਾ ਹੱਦ ਸੀਗਾ ਸੋਸ਼ਲ ਮੀਡੀਆ ਦਾ ਵੀ ਹੱਦ ਸੀਗਾ ਅੱਜ ਜਦੋਂ 500 ਸਾਲਾ ਅਜੇ ਤੋਂ 50 ਸਾਲ ਪਹਿਲਾਂ ਇਹ ਸ਼ਤਾਵਦੀ ਮਨਾਈ ਸੀ ਜੀ ਅਸੀਂ ਉਦੋਂ ਸਕੂਲਾਂ ਸਕੂਲ ਦੇ ਵਿਦਿਆਰਥੀ ਸੀ ਪੜ੍ਹਦੇ ਹੁੰਦੇ ਸੀ ਸੁਤਾਨਪੁਰ ਜਾ ਕੋ ਵੀ ਵੇਖਿਆ ਸੀ ਉਹ ਚ ਵੀ ਹਿੱਸਾ ਪਾਇਆ ਸੀ ਤੇ ਅੱਤ ਕੀ ਉਹਦੇ ਨਾਲੋਂ ਵੱਖਰਾ ਇਹ ਸੀਗਾ ਕਿ ਹੁਣ ਸੋਸ਼ਲ ਮੀਡੀਆ ਹੋਣ ਕਰਕੇ ਟੈਲੀਵਿਜ਼ਨ ਮੀਡੀਆ ਸੰਸਾਰ ਪਰ ਹੋਣ ਕਰਕੇ ਅੱਜ ਕਿਤੇ ਵੀ ਕੋਈ ਪ੍ਰੋਗਰਾਮ ਦਿਖ ਹੋ ਰਿਹਾ ਸੀ ਉਹਨੂੰ ਪੂਰੇ ਸੰਸਾਰ ਦੇ ਵਿੱਚ ਬ੍ਰਾਡਕਾਸਟ ਕੀਤਾ ਜਾ ਰਿਹਾ ਸੀ ਉਹਦੀ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਸੀ ਔਰ ਉਹਦੇ ਨਾਲ ਹੀ ਇਤ ਕਾਮ ਭਾਰਤ ਸਰਕਾਰ ਵੱਲੋਂ ਵੀ ਇੱਕ ਉਚੇਚਾ ਯਤਨ ਕੀਤਾ ਗਿਆ ਜਿੱਥੇ-ਜਿੱਥੇ ਵੀ ਉਹਨਾਂ ਦੇ ਸ਼ਾਇਦ 300 350 ਤੋਂ ਉੱਪਰਲੇ ਕੰਟਰੀ ਨੇ ਜਿੱਥੇ ਉਹਨਾਂ ਦੇ ਆਫਿਸ ਨੇ ਐਮਬੈਸਡਰਸ ਦੇ ਹਾਈ ਕਮਿਸ਼ਨਰਸ ਦੇ ਜਾਂ ਇੱਥੇ ਸਾਡੇ ਇੰਗਲੈਂਡ ਦੇ ਵਿੱਚ ਤਿੰਨ ਚਾਰ ਨੇ ਕੌਂਸਲਰ ਜਨਰਲ ਦੇ ਨੇ ਆਫਿਸ ਨੇ ਹਰ ਆਫਿਸ ਦੇ ਵਿੱਚ ਉਚੇਚੇ ਤੌਰ ਤੇ 12 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ ਹੈ। ਪ੍ਰਕਾਸ਼ਪੁਰ ਮਨਾਇਆ ਗਿਆ। ਔਰ ਜਦੋਂ ਚਲੋ ਇੰਗਲੈਂਡ ਵੈਸ ਤਾਂ ਆਪਾਂ ਸਿੱਖਾਂ ਦੀ ਆਬਾਦੀ ਬਹੁਤ ਹੈ। ਜਦੋਂ ਆਪਾਂ ਅਜ਼ਰਾਬਾਈ ਜਾਣ ਗਏ ਬਾਕੂ ਦੇ ਵਿੱਚ ਤੇ ਬਾਕੂ ਦਾ ਜਿਹੜਾ ਆਫਿਸ ਸੀ ਉਹਨਾਂ ਨੇ 12 ਤਰੀਕ ਨੂੰ ਸੈਲੀਬ੍ਰੇਟ ਕਰਨਾ ਸੀ ਪ੍ਰਕਾਸ਼ਪੁਰ ਤੇ ਉੱਥੇ ਸਿੱਖਾਂ ਦੀ ਗਿਣਤੀ ਸਿਰਫ ਸਿੱਖ ਜਿਹੜੇ ਨੇ ਪੰਜ ਛੇ ਹੀ ਬਸੋਂ ਪੂਰੇ ਦੇਸ਼ ਦੇ ਵਿੱਚ ਉਹਨਾਂ ਨਾਲ ਵੀ ਉਹਨਾਂ ਦਾ ਰਾਬਤਾ ਨਹੀਂ ਹੋ ਰਿਹਾ ਸੀ ਤੇ ਜਦੋਂ ਉਹਨਾਂ ਨੇ ਉੱਥੇ ਪ੍ਰੋਗਰਾਮ ਕੀਤਾ ਉਹਨਾਂ ਨੇ ਉੱਥੇ ਸਰਕਾਰ ਦੇ ਸਾਰੇ ਬੰਦੇ ਹੋਰ ਜਿਹੜੇ ਦੂਸਰੇ ਕੰਟਰੀਆਂ ਦੇ ਹਾਈ ਕਮਿਸ਼ਨਰ ਆਫਿਸ ਦੇ ਸਟਾਫ ਸੀ ਉਹਨਾਂ ਸਾਰਿਆਂ ਨੂੰ ਇਨਵਾਈਟ ਕੀਤਾ ਤੇ ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਦੇਖੋ ਅੰਦਾਜ਼ਾ ਲਾਓ 350 ਦੇਸ਼ਾਂ ਦੇ ਵਿੱਚ ਜਾਂ ਗਿਣਤੀ ਥੋੜੀ ਬਹੁਤ ਅੱਗੇ ਪਿੱਛੇ ਉਹਦੇ ਨਾਲ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਦੇ ਸੁਣਿਆ ਹੀ ਨਹੀਂ ਸੀ ਕਿ ਸਿੱਖ ਧਰਮ ਵੀ ਕੋਈ ਧਰਮ ਹੈ ਤੇ ਸਿੱਖ ਧਰਮ ਨੂੰ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹਨਾਂ ਤੱਕ ਵੀ ਇਹ ਜਿਹੜੀ ਗੱਲ ਹੈ ਉਹ ਪਹੁੰਚੀ ਹੈ ਇਹ ਇੱਕ ਚੰਗਾ ਚੰਗੀ ਸ਼ੁਰੂਆਤ ਹੈ ਜੇ ਕਹ ਲਈਏ ਕਿ ਜਿਹੜੀਆਂ ਅੱਗੇ ਸ਼ਤਾਬਦੀਆਂ ਆਪਾਂ 500 ਸਾਲਾਂ ਵੀ ਦੇਖੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦਾ 300 ਸਾਲਾ ਖਾਲਸਾ ਦਾ 300 ਸਾਲਾ ਜਾਂ 350 ਸਾਲਾ ਗੁਰਤੇਗਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਗੁਰਪੁਰ ਉਹਨਾਂ ਸਾਰੀਆਂ ਸ਼ਤਾਬਦੀਆਂ ਵਿੱਚੋਂ ਇਹ ਬਿਲਕੁਲ ਲਖਨ ਸੀ ਹਮ ਇਨਾ ਉਹ ਚਾਹ ਮਾਹੌਲ ਚਾਹ ਜਿਆ ਤਕਰੀਬਨ ਜਾਂਤੇ ਮੈਂ ਕਿਨ ਇਹ ਮੀਡੀਆ ਦੀ ਕਰਮਾਤਾ ਜਾ ਹੁਣ ਸਿੱਖ ਫੈਲ ਹੀ ਗਏ ਨੇ ਸਾਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਆ ਤੇ ਬੜਾ ਚਾ ਆਪਣੇ ਹਰ ਇੱਕ ਦੇ ਦਿਲ ਵਿੱਚ ਸੀ ਮੈਂ ਆ ਕਰਾ ਆ ਕਰਾ ਆ ਕਰਾ ਪਾਕੀ ਸਾਧਨ ਨੇ ਡਾਕਟਰ ਸਾਹਿਬ ਇਸ ਵੇਲੇ ਲੋਕਾਂ ਕੋਲ ਅੱਗੇ ਸਾਧਨ ਨਹੀਂ ਹੁੰਦੇ ਸੀ ਹੁਣ ਪੂਰੇ ਦੁਨੀਆ 'ਚੋਂ ਸਿੱਖ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕਾ ਇਕੱਠੇ ਹੋਏ ਜਦੋਂ 350 ਸਾਲਾ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ਪੁਰ ਪਟਨਾ ਸਾਹਿਬ ਬਿਹਾਰ ਦੀ ਸਰਕਾਰ ਨੇ ਬਣਾਇਆ ਸੀ ਪਹਿਲੀ ਵਾਰ ਉਹ ਇਸ ਚੰਗੇ ਢੰਗ ਨਾਲ ਬਣਾਇਆ ਗਿਆ ਸੀ ਕਿ ਲੋਕਾਂ ਦੇ ਨੂੰ ਲੱਗਿਆ ਸੀ ਹੈ ਜਿੱਥੇ ਸਿੱਖਾਂ ਦੀ ਬਹੁਤ ਘੱਟ ਗਿਣਤੀ ਹੈ ਜਿੱਥੇ ਸਾਡਾ ਆਪਣੀ ਕੋਈ ਐਸਜੀਪੀਸੀ ਨਹੀਂ ਹੈ ਕੋਈ ਹੋਰ ਨਹੀਂ ਹੈ ਅਕਾਲੀ ਦਲ ਨਹੀਂ ਹੈ ਕੋਈ ਪਾਰਟੀ ਨਹੀਂ ਹੈ ਉੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਨ ਵਾਸਤੇ ਉੱਥੇ ਸਰਕਾਰ ਨੇ ਇੰਨੀ ਖੂਬਸੂਰਤ ਉਹ ਜਿਹੜਾ ਪ੍ਰੋਗਰਾਮ ਸੀ ਉਹ ਨਿਵਾਇਆ ਉਹਨੂੰ ਮਨਾਇਆ ਸੈਲੀਬ੍ਰੇਟ ਕੀਤਾ ਹੈ ਤੇ ਉਤੋਂ ਵੀ ਲੋਕਾਂ ਨੂੰ ਸ਼ਾਅ ਮਿਲਿਆ ਸੀਗਾ ਕਿ ਐਤਕੀ ਸਾਡੇ ਆਪਣੇ ਘਰ ਦੇ ਵਿੱਚ ਹੈ। ਪਾਕਿਸਤਾਨ ਦੇ ਵਿੱਚ ਪੂਰੀ ਦੁਨੀਆ ਤੋਂ ਸਿੱਖ ਵੱਡੀ ਗਿਣਤੀ ਚ ਪਹੁੰਚੇ ਹੋਏ ਸਨ। ਹੂੰ ਹੂੰ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਗੁਰਪੁਰ ਮਨਾਉਣ ਵਾਸਤੇ ਜਿਹੜੇ ਲੋਕ ਪਾਕਿਸਤਾਨ ਨਹੀਂ ਜਾ ਸਕੇ ਉਹ ਸੁਲਤਾਨਪੁਰ ਲੋਧੀ ਦੇ ਡੇਰਾ ਬਾਬਾ ਨਾਨਕਾ ਇਕੱਠੇ ਹੋਏ ਹੋਏ ਸਨ। ਹਰ ਇੱਕ ਨੇ ਆਪਣੇ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਕਿ ਉਹ ਗੁਰੂ ਨਾਨਕ ਸਾਹਿਬ ਦਾ ਇਹ ਜਿਹੜਾ ਗੁਰਪੁਰਵ ਹੈ ਪੂਰੇ ਉਤਸ਼ਾਹ ਦੇ ਨਾਲ ਮਨਾਉਣ ਤੇ ਉਹ ਚ ਆਪਣਾ ਹਿੱਸਾ ਪਾਉਣ। ਤੇ ਇਹ ਮਨਾਉਣ ਦੇ ਵੀ ਵੱਖਰੇ ਵੱਖਰੇ ਢੰਗ ਮੈਂ ਤੁਹਾਨੂੰ ਆਪਣੀ ਇਹ ਬੋਲ ਹੁੰਟੇ ਨਿਕਾਲ ਦੱਸਾਂ ਹਾਂਜੀ ਗੁਰਦੁਆਰਾ ਕਾਉਂਸਲ ਨੇ ਉਪਰਾਲਾ ਕੀਤਾ ਕਿ ਪੈਸੇ ਇਕੱਠੇ ਕਰਕੇ ਅਸੀਂ ਇਹੋ ਜੇ ਲੋਕਲ ਚੈਰਿਟੀ ਹੁੰਦੀ ਏ ਕਿਉਂਕਿ ਅਸੀਂ ਇੱਥੇ ਰਹਿਣਾ ਹੈ ਹਾਂਜੀ ਬਿਲਕੁਲ ਅਸੀਂ ਇੱਥੇ ਵਸਨੀਕ ਆ ਅਸੀਂ ਉਸ ਚੈਰਿਟੀ ਹੁੰਦੀ ਏ ਤੇ ਉੱਥੇ ਪ੍ਰਚਾਰ ਹੋਵੇ ਅਸੀਂ ਲੋਕਲ ਚੈਰਿਟੀ ਕੰਪਟਨ ਹਸਪੀਟਲ ਜਿਹੜਾ ਆ ਉਹ ਬਜ਼ੁਰਗਾਂ ਦਾ ਜਿਹੜਾ ਕਿ ਟਰਮੀਨਲ ਇਲਨਸ ਉਹਨਾਂ ਦੀ ਵੀ ਦੇਖਭਾਲ ਕਰਦਾ ਉਹਨਾਂ ਨੂੰ ਗੁਰਦੁਆਰਾ ਕਾਉਂਸਲ ਨੇ 5.5 ਹਜ਼ਾਰ ਪਾਉਣ ਇੱਕਠਾ ਕਰਕੇ ਉਹਨਾਂ ਨੂੰ ਸਦਿਆ ਉਹਨਾਂ ਨੂੰ ਦੱਸਿਆ ਉਹਨਾਂ ਬੜੇ ਚਾਹ ਨਾਲ ਉਹਨਾਂ ਆਪਣੇ ਮੈਗਜ਼ੀਨ ਵਿੱਚ ਵੀ ਦੱਸਿਆ ਮੈਗਜ਼ੀਨ ਮੈਸੇਜ ਗਿਆ ਕਿ ਗੁਰਨਾਗ ਦੇਵ ਜੀ ਦਾ 550 ਸਾਲਾ ਮਨਾ ਰਹੇ ਹਾਂ ਜੀ ਮਨਾਉਂਦੇ ਆ ਹੋਏ ਆ ਲਿਟਰੇਚਰ ਵੀ ਆਬਵੀਅਸਲੀ ਆਪਾਂ ਮੰਨਣਾ ਸੀਗਾ ਤੇ ਉਹਨਾਂ ਨੇ ਹੁਣ ਹਸਪੀਟਲ ਦਾ ਜਿਹੜਾ ਵਿੰਗ ਮੰਨਾ ਉੱਥੇ ਵੀ ਇੱਕ 550 ਸਾਲਾ ਮਨਾਉਂਦੇ ਆ ਸਿੱਖਾਂ ਨੇ ਆ ਕੰਮ ਕੀਤਾ ਭਾਵੇਂ ਕਿ ਇਹ ਯਾਦਗਾਰਾਂ ਜਿਹੜੀਆਂ ਇੱਕ ਮਾਸਟੋਨ ਬਣ ਜਾਂਦਾ ਉਹ ਲੋਕਲ ਕਮਿਊਨਿਟੀ ਨੂੰ ਆਪਣਾ ਮਕਸਦ ਇਹ ਹੈ ਕਿ ਬਜਾਏ ਕਿ ਸਾਰਾ ਇਹ ਮੈਸੇਜ ਆਪਣੇ ਕੋਲ ਰੱਖੀਏ ਅਸੀਂ ਇਹਨੂੰ ਚਾਰਦਿਵਾਰੀ ਚੋਂ ਬਾਹਰ ਕੱਢ ਕੇ ਦੂਸਰੇ ਲੋਕਾਂ ਤੱਕ ਉਹਨਾਂ ਤੱਕ ਪਹੁੰਚਾਈਏ ਸੋ ਇਹੋ ਜੇ ਬੜੇ ਉਪਰਾਲੇ ਹੋਏ ਨੇ ਇਹਦੇ ਨਾਲ ਜਿੱਥੋਂ ਤੱਕ ਅਸੀਂ ਮਤਲਬ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਪ੍ਰਤੀ ਦੱਸਿਆ ਹੈ ਮੈਂ ਮਹਿਸੂਸ ਕਰਦਾ ਹੈ ਇਹਦੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਵਧੀਆਂ ਨੇ ਹਮ ਅਸੀਂ ਦੱਸਤਾ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਇੱਕੋ ਜਿਹਾ ਮੰਨਿਆ ਸੀ ਕੋਈ ਪੰਨ ਪੇਦ ਨਹੀਂ ਸੀ ਰੱਖਿਆ ਵਾਹ ਗੁਰੂ ਨਾਨਕ ਸਾਹਿਬ ਸਿਰਫ ਇੱਕ ਰੱਬ ਦੀ ਪੂਜਾ ਕੀਤੀ ਸੀ ਕਿਸੇ ਕਰਮकांड ਅੰਧਵਿਸ਼ਵਾਸ ਨੂੰ ਨਹੀਂ ਮੰਨਿਆ ਸੀ ਕਿਸੇ ਊਚਰੀਚ ਨੂੰ ਜਾਤ ਪਾਤ ਨੂੰ ਨਹੀਂ ਮੰਨਿਆ ਸੀ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨੂੰ ਨਹੀਂ ਸਵੀਕਾਰ ਕੀਤਾ ਸੀ ਕਿਸੇ ਕਿਸਮ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਡਟ ਕੇ ਵਿਰੋਧ ਕੀਤਾ ਸੀ ਇਹ ਸਾਰੀਆਂ ਗੱਲਾਂ ਅਸੀਂ ਦੱਸ ਦਿੱਤੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਹੁਣ ਸੰਸਾਰ ਨੇ ਸਾਡੇ ਵੱਲ ਵੇਖਣਾ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਇਹ ਦਾਵਾ ਕਰਦੇ ਨੇ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹੈ ਹੂੰ ਕਿ ਇਹਨਾਂ ਦੇ ਅੰਦਰ ਉਹ ਗੁਣ ਆ ਗਏ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਦਿੱਤੇ ਸਨ ਜਿੱਥੇ ਦੁਨੀਆ ਨੂੰ ਗੁਰੂ ਨਾਨਕ ਸਾਹਿਬ ਪ੍ਰਤੀ ਦੱਸ ਕੇ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ ਉਹਦੇ ਨਾਲ ਮੈਂ ਇਹ ਮਹਿਸੂਸ ਕਰਦਾ ਕਿ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਆਮ ਗੈਰ ਸਿੱਖ ਨੇ ਕਿਸੇ ਅੰਗਰੇਜ਼ ਨੇ ਜਾਂ ਕਿਸੇ ਹੋਰ ਨੇ ਹੋਰ ਕਿਸੇ ਧਰਮ 'ਚ ਵਿਸ਼ਵਾਸ ਰੱਖਣ ਵਾਲੇ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਨਹੀਂ ਵੇਖਣਾ ਉਹਨੇ ਇਹੇ ਵੇਖਣਾ ਹੈ ਕਿ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਨੇ ਇਸ ਸੰਸਾਰ ਦੇ ਵਿੱਚ ਕਿਵੇਂ ਆਪਣੀ ਜ਼ਿੰਦਗੀ ਜੀਉਂਦੇ ਆ। ਇਸ ਕਰਕੇ ਮੈਂ ਇਹ ਡਾਕਟਰ ਸਾਹਿਬ ਬਹੁਤ ਜ਼ਿੰਮੇਵਾਰੀ ਵਾਲੀ ਗੱਲ ਹੁੰਦੀ ਹੈ। ਜਦੋਂ ਘਰ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਹੋਵੇ ਤੇ ਉਹਦੀ ਰਾਖੀ ਵੀ ਕਰਨੀ ਪੈਂਦੀ ਹੈ। ਉਹਦੇ ਵਾਰਿਸ ਬਣ ਲਈ ਯੋਗ ਵੀ ਬਣਨਾ ਪੈਂਦਾ ਹੈ। ਤੇ ਮੈਨੂੰ ਇਹ ਵੀ ਲੱਗਦਾ ਹੁਣ ਵੀ ਸਾਨੂੰ ਐਵੇਂ ਜਿਹੜੀਆਂ ਚਲਾਮੀਆਂ ਜੀਆਂ ਗੱਲਾਂ ਕਰਨ ਵਾਲੀ ਜਿਹੜੀ ਬਿਰਤੀ ਸੀ। ਉਤੋਂ ਉੱਪਰ ਉੱਠ ਖੜਨਾ ਚਾਹੀਦਾ ਹੁਣ। ਤਾਂ ਕਿ ਲੋਕੀ ਇਹ ਨਾ ਕਹਿਣ ਵੀ ਸਾਨੂੰ ਤਾਂ ਦੱਸਦੇ ਸੀ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਆ ਸਿਖਾਇਆ ਹੈ। ਹੂੰ। ਇਹਨਾਂ ਦੇ ਆਪਣੇ ਜੀਵਨ ਦੇ ਵਿੱਚ ਉਹ ਗੁਣ ਆਈ ਨਹੀਂ ਸ਼ਾਇਦ ਝੂਠੀ ਬੋਲਦੇ ਹੋਣ ਸ਼ਾਇਦ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਇਹ ਨਹੀਂ ਸਿਖਾਇਆ ਹੋਵੇ ਜਾਂ ਇਹ ਕਿਹੋ ਜਿਹਾ ਨਾ ਸ਼ੁਕਰ ਹੈ ਕਿ ਇੰਨਾ ਵਧੀਆ ਜੀਵਨ ਸਿਧਾਂਤ ਹੋਣ ਦੇ ਬਾਵਜੂਦ ਵੀ ਇਹ ਵੀ ਆਮ ਲੋਕਾਂ ਵਾਂਗੂ ਝਗੜਿਆ ਚੜ ਬੱਚੀ ਜਾਂ ਹੋਰ ਬਕਾਰਾਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਜੀਵੀ ਜਾਂਦੇ ਆ ਇਸ ਕਰਕੇ ਸਾਨੂੰ ਆਪਣੀ ਜਿਹੜੀ ਉਹ ਜ਼ਿੰਮੇਵਾਰੀ ਹੈ ਨਾ ਉਹਦੇ ਵੱਲ ਵੀ ਥੋੜਾ ਧਿਆਨ ਦੇ ਪਾਇਸਾ ਜੀ ਮੈਨੂੰ ਗੱਲ ਚੇਤੇ ਆ ਗਈ ਧਰਮ ਸਿੰਘ ਜ਼ਖਮੀ ਹੋਣੀ ਉਹ ਕਹਿੰਦੇ ਹੁੰਦੇ ਸਨ ਕਿ ਇੱਕ ਸਿੱਖ ਦੀ ਜਾਤੀ ਜ਼ਿੰਦਗੀ ਹੈ ਇਕ ਜਮਾਤੀ ਜਾਤੀ ਹੈ ਤੁਸੀਂ ਘਰ ਬੈਠੇ ਆ ਠੀਕ ਹੈ ਠੀਕ ਹੈ ਜਿੱਦਾਂ ਮਰਜੀ ਵੋ ਪਰ ਜਮਾਤੀ ਜਦੋਂ ਬਾਹਰ ਜਾਂਦੇ ਨਾ ਲੋਕਾਂ ਨੇ ਤੁਹਾਡੇ ਵੱਲ ਦੇਖ ਕੇ ਕਹਣਾ ਉਹ ਸਿੱਖ ਜਾਂਦਾ ਉਹ ਸਿੱਖ ਜਾਂਦਾ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਉਹ ਗੁਰੂ ਨਾਨਕ ਦਾ ਸਿੱਖ ਜਾਂਦਾ ਸੋ ਸਾਨੂੰ ਬੜਾ ਸੰਭਲ ਕੇ ਆਪਣੇ ਆਪ ਨੂੰ ਸੰਭਾਲ ਕੇ ਆਪਣੇ ਆਪ ਨੂੰ ਉਹ ਗੁਰੂ ਦਾ ਸਿੱਖ ਸੱਚਮੁੱਚ ਬਣਾ ਕੇ ਇਹ ਵਾਝ ਸਮਝ ਸਕਿਆ ਇਸ ਜ਼ਿੰਮੇਵਾਰੀਆਂ ਸਾਡੀਆਂ ਬਹੁਤ ਵੱਧ ਗਈਆਂ ਨੇ ਅਤੇ ਇਹ ਮੈਂ ਸ਼ੁਕਰ ਮੈਂ ਕਹਿੰਦਾ ਸ਼ੁਕਰ ਹੈ ਕਿ ਗੁਨਾਹਗਰ ਸਾਬ 550 ਸਾਲ ਮਨਾਉਂਦੇ ਆ ਸਾਨੂੰ ਜੇ ਚੇਤੇ ਆ ਜਵੇ ਕਿ ਸਾਡੇ ਜ਼ਿੰਮੇਵਾਰੀਆਂ ਆ ਨੇ ਤੇ ਇਹ ਬੜੀ ਚੰਗੀ ਗੱਲ ਹੈ ਇੱਕ ਆਤਮ ਚੰਤਨ ਕਰਨ ਦਾ ਮੌਕਾ ਹੈ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਹੈ ਆਪਣੇ ਆਪ ਨੂੰ ਐਨਲਾਈਜ਼ ਕਰਨ ਦਾ ਮੌਕਾ ਹੈ ਸਵੈ ਪਰਟਚੋਲ ਕਰਨ ਦਾ ਮੌਕਾ ਹੈ ਜਿਹੜੀਆਂ ਕਮਜ਼ੋਰੀਆਂ ਰਹਿ ਗਈਆਂ ਨੇ ਹੁਣ ਤੱਕ ਜਿਹੜੀਆਂ ਜਿਹੜੀਆਂ ਕਮਜ਼ੋਰੀਆਂ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ ਇਹ ਸਾਨੂੰ ਸਾਡੀ ਸਮੇਂ ਦੀ ਜ਼ਰੂਰਤ ਹੈ ਦੇ ਥੋੜਾ ਜਿਹਾ ਭਾਈ ਸਾਹਿਬ ਜੀ ਜਿਹੜਾ ਸੁਲਤਾਨਪੁਰ ਦੇ ਵਿੱਚ ਹਾਂਜੀ ਇਹ ਨਗਰ ਕੀਰਤਨ ਦੀ ਆਪਾਂ ਗੱਲ ਕੀਤੀ ਸੁਲਤਾਨਪੁਰ ਦੇ ਵਿੱਚ ਐਡਾ ਵੱਡਾ ਇਕੱਠ ਹੋਇਆ ਹਾਂਜੀ ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਆਪਾਂ ਕੀ ਉੱਥੇ ਪ੍ਰਾਪਤ ਕੀਤਾ ਤੇ ਕੀ ਹੋਇਆ ਕੀ ਸੁਲਤਾਨਪੁਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਗੁਰਦੁਆਰਾ ਬੇਰ ਸਾਹਿਬ ਦੀ ਜਿਹੜੀ ਆਪਣੀ ਇਤਿਹਾਸਿਕ ਸਟੇਜ ਹੈ ਭਾਈ ਮਰਦਾਨਾ ਜੀ ਹਾਲ ਜਿਹੜਾ ਦੀਵਾਨ ਹਾਲ ਹੈ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਜੀ ਉਦੇ ਵਿੱਚ ਲਗਾਤਾਰ ਕਈ ਹਫਤੇ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਚੱਲਦੇ ਰਹੇ ਹੂੰ ਉਹਦੇ ਵਿੱਚ ਹੋਰ ਵੀ ਹੋਇਆ 6 ਤਰੀਕ ਨੂੰ ਉੱਥੇ ਇੰਟਰਨੈਸ਼ਨਲ ਯੂਥ ਕਨਵੈਨਸ਼ਨ ਹੋਈ ਅੰਤਰਰਾਸ਼ਟਰੀ ਨੌਜਵਾਨ ਸੰਮੇਲਨ ਹੋਇਆ ਅਕਾਲ ਤਾਕਤ ਸਾਹਿਬ ਦੀ ਸਰਪ੍ਰਸਤੀ ਹੇਠ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਾਲਿਆਂ ਨੇ ਆਯੋਜਿਤ ਕੀਤਾ ਮੈਂ ਵੀ ਇਨਵਾਈਟਡ ਸੀ ਉੱਥੇ ਮੈਂ ਵੀ ਉਹ ਜਾ ਕੇ ਵੇਖਿਆ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੀ ਇੱਕ ਵੱਖਰਾ ਇੱਕ ਦੀਵਾਨ ਹਾਲ ਬਣਾਇਆ ਸੀ ਉਹਨਾਂ ਨੇ ਮਾਰਕੀ ਦੇ ਵਿੱਚ ਦੰਬੂ ਦੇ ਵਿੱਚ ਬਹੁਤ ਵੱਡੀ ਸਟੇਜ ਲੱਗੀ ਸੀ ਪੰਜਾਬ ਸਰਕਾਰ ਦੀ ਆਪਣੀ ਸਟੇਜ ਲੱਗੀ ਹੋਈ ਸੀ ਇਹ ਹੋਰ ਵੀ ਕੁਝ ਦੋ ਚਾਰ ਸਟੇਜਾਂ ਲੱਗੀਆਂ ਹੋਈਆਂ ਸੀ ਸਿਆਸੀ ਤੌਰ ਤੇ ਵੀ ਇੱਕ ਦੋ ਲੋਕਾਂ ਨੇ ਆਪਣੀਆਂ ਆਪਣੀਆਂ ਸਟੇਜਾਂ ਲਾਈਆਂ ਹੋਈਆਂ ਸੀਗੀਆਂ ਇਹ ਗੱਲ ਥੋੜੀ ਜੀ ਰੜਕੀ ਸਾਨੂੰ ਹਾਂ ਹਾਂ ਹਾਲਾਂਕਿ ਅਕਾਲ ਤਖਤ ਸਾਹਿਬ ਵੱਲੋਂ ਇਹ ਹਦਾਇਤ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਲਕੇ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਨਿਭਾਉਣ ਤੇ ਉਹ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੀਤਾ ਜਾਏ ਪਰ ਇਵੇਂ ਹੋ ਨਹੀਂ ਸਕਿਆ ਉਹਦਾ ਇੱਕੋ ਇੱਕ ਕਾਰਨ ਸੀ ਕਿ ਸਿਆਸੀ ਲੋਕਾਂ ਦੀ ਜਿਹੜਾ ਆਪਣੀ ਹਉਮੈ ਸੀ ਨਾ ਆਪਣਾ ਆਪਣੀ ਈਗੋ ਹਮ ਆਪਣੀ ਹੰਕਾਰੀ ਬਿਰਤੀ ਉਹਨੇ ਗੁਰੂ ਨਾਨਕ ਸਾਹਿਬ ਦੀ ਏਕਤਾ ਦਾ ਸਿਧਾਂਤ ਹੁੰਦਿਆਂ ਹੋਿਆਂ ਵੀ ਉਹਨਾਂ ਨੇ ਆਪਣੀ ਹੈਂਕਰ ਜਿਹੜੀ ਹੈ ਉਹਦੇ ਅਧੀਨ ਇਕੱਠੇ ਹੋ ਕੇ ਸਾਂਝੇ ਤੌਰ ਤੇ ਗੁਰਪੁਰ ਮਨਾਉਣ ਦੀ بجائے ਆਪਣੇ ਆਪਣੇ ਤੌਰ ਤੇ ਮਨਾ ਕੇ ਆਪਣੇ ਅਕਲ ਦਾ ਜਲੂਸ ਵੀ ਕੱਢਿਆ। ਹੂੰ ਮੈਂ ਨਿੱਜੀ ਤੌਰ ਤੇ ਇਸ ਗੱਲ ਦਾ ਗਵਾਹ ਹਾਂ। ਮੇਰੇ ਸਾਹਮਣੇ ਬਹਿਸ ਹੁੰਦੀ ਰਹੀ। ਮੇਰੇ ਸਾਹਮਣੇ ਆਕਾਲ ਤਾਕਤ ਸਾਹਿਬ ਵੱਲੋਂ ਜਿਹੜੀਆਂ ਅਪੀਲਾਂ ਸੀਗੀਆਂ ਉਹ ਹੁੰਦੀਆਂ ਰਹੀਆਂ। ਵੀ ਸਾਂਝੇ ਤੌਰ ਤੇ ਸਟੇਜ ਲਾਓ। ਜੀ ਸਟੇਜ ਤੇ ਕੁਰਸੀਆਂ ਰੱਖਣ ਦੇ ਗਿਣਤੀ ਤੋਂ ਆਪਸ ਵਿੱਚ ਝਗੜਾ ਹੁੰਦਾ ਰਿਹਾ। ਹੂੰ ਹੂੰ ਇਹ ਸਭ ਮੇਰੇ ਫਲਾਣੇ ਬੰਦੇ ਨੂੰ ਕੁਰਸੀ ਨਹੀਂ ਦੇਣੀ ਤੇ ਅਸੀਂ ਤੁਹਾਡੀ ਸਟੇਜ ਤੇ ਨਹੀਂ ਆਉਣਾ। ਤੇ ਮਾਨੂੰ ਕਿਹਾ ਵੀ ਇੱਕ ਵਾਰੀ ਬੈਠਿਆ ਵੀ ਤੁਸੀਂ ਉੱਥੇ ਕੁਰਸੀਆਂ ਲਈ ਕਾਹਦੇ ਲੜਦੇ ਹੋ ਉੱਥੇ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਣੇ ਆ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਕੁਰਸੀਆਂ ਤੇ ਰੌਲਾ ਹੀ ਕੋਈ ਨਹੀਂ ਫਿਰ ਰੌਲਾ ਪੈ ਗਿਆ ਵੀ ਅਸੀਂ ਸਪੀਚ ਕਰਨ ਵਾਸਤੇ ਇੰਨੇ ਤੁਹਾਡੇ ਬੰਦਿਆਂ ਨੂੰ ਟਾਈਮ ਨਹੀਂ ਦੇਣਾ ਉਹਨਾਂ ਨੂੰ ਦੇਣਾ ਐ ਕਰਨਾ ਜੋ ਕਰਨਾ ਫਿਰ ਇਥੋਂ ਤੱਕ ਰੌਲਾ ਪਿਆ ਕਿ ਸਟੇਜ ਸੈਕਟਰੀ ਕੌਣ ਹੋਊਗਾ ਹੂੰ ਫਿਰ ਉਹਦਾ ਵੀ ਫੈਸਲਾ ਹੋਇਆ ਵੀ ਕੋਈ ਇੱਕ ਨਿਊਟਰਲ ਕਿਸੇ ਸਕਾਲਰ ਨੂੰ ਇਹ ਜ਼ਿੰਮੇਵਾਰ ਦਿੱਤੀ ਜਾ ਸਕਦੀ ਹੈ ਦੋਹਾਂ ਪਾਰਟੀਆਂ ਚੋਂ ਕੋਈ ਵੀ ਨਹੀਂ ਹੋਊਗਾ ਨਾ ਐਸਜੀਪੀਸੀ ਦਾ ਨਾ ਅਕਾਲੀ ਦਲ ਦਾ ਨਾ ਪੰਜਾਬ ਸਰਕਾਰ ਦਾ ਪਰ ਉਸ ਦੇ باوجود ਵੀ ਉਹ ਗੱਲ ਸਿਰੇ ਨਾ ਚੜ ਸਕੀ ਤੇ ਕਈ ਲੋਕਾਂ ਨੇ ਇਹ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਸਾਰੇ ਉਥੇ ਤਲਬ ਕਰ ਲੈਣੇ ਚਾਹੀਦੇ ਸੀ ਮੈਂ ਬੜੀ ਇਹ ਗੱਲ ਵਿੱਚ ਰਹਿ ਕੇ ਮੈਂ ਵੇਖਿਆ ਅਕਾਲ ਤਖਤ ਸਾਹਿਬ ਦੇ ਕੋਲ ਤਾਂ ਕਿਹੜੀ ਪੁਲਿਸ ਫੋਰਸ ਹੈ ਜਿਹਦੇ ਨਾਲ ਉਹਨਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਂਦਾ ਉਹ ਸਿਰਫ ਇੱਕ ਹਦਾਇਤ ਕਰ ਸਕਦੇ ਨੇ ਜੀ ਇੱਕ ਪ੍ਰੋਗਰਾਮ ਅਕਾਲ ਤਖਤ ਸਾਹਿਬ ਨੂੰ ਦਿੱਤਾ ਜਾ ਸਕਦਾ ਹੈ ਔਰ ਉਸ ਉਸ ਪ੍ਰੋਗਰਾਮ ਨੂੰ ਮੰਨਣਾ ਸਿੱਖਾਂ ਦਾ ਕੰਮ ਹੈ ਹੁਣ ਜਿਨ੍ਹਾਂ ਲੋਕਾਂ ਨੇ ਆਪਣੀ ਸਿਆਸੀ ਹੈਂਕਰ ਦੇ ਵਿੱਚ ਆ ਕੇ ਆਪਸ ਦੇ ਵਿੱਚ ਇਕੱਠੇ ਮਲੇ ਬੈਠਣ ਤੋਂ ਜਵਾਬ ਦਿੰਦਾ ਹੈ ਇਥੋਂ ਤੱਕ ਹੋਇਆ ਕਿ ਡੇਰਾ ਬਾਬਾ ਨਾਨਕਪੁਰ ਪੰਜਾਬ ਸਰਕਾਰ ਦੀ ਜਿਹੜੀ ਸਟੇਜ ਲੱਗੀ ਹੋਣ ਦੇ ਬਾਵਜੂਦ ਵੀ ਸਾਡੀ ਪੰਜਾਬ ਦੀ ਰਾਜਨੀਤਿਕ ਪਾਰਟੀ ਨੇ ਇੱਕ ਵੱਖਰਾ ਸਟੇਜ ਤੰਬੂ ਲਾਇਆ ਜਿਤੇ 12 ਕਰੋੜ ਰੁਪਈਆ ਖਰਚਿਆ ਗਿਆ ਔਰ ਉਹ ਕੁਝ ਘੰਟੇ ਵਾਸਤੇ ਮੋਦੀ ਸਾਹਿਬ ਵੀ ਉਸ ਸਟੇਜ ਤੇ ਆਏ ਕਿਉਂਕਿ ਹੋਰ ਭਾਈਵਾਲ ਨੇ ਸਰਕਾਰ ਦੇ ਵਿੱਚ ਕੁਝ ਘੰਟਿਆਂ ਵਾਸਤੇ 12 ਕਰੋੜ ਦਾ ਸਿਰਫ ਪੰਡਾਲ ਲੱਗਾ ਉਹਦੇ ਤੇ ਜਿਹੜਾ ਹੋਰ ਖਰਚਾ ਆਇਆ ਉਹ ਪਤਾ ਨਹੀਂ ਕਿੰਨਾ ਆਇਆ ਹੋਊਗਾ ਫਿਰ ਇੱਥੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵਾਲਾ ਜਿਹੜਾ ਸਿਧਾਂਤ ਸੀਗਾ ਉਹਦਾ ਤਾਂ ਮਜ਼ਾਕ ਉਡਾਇਆ ਨਾ ਅਸੀਂ ਗੁਰੂ ਨਾਨਕ ਸਾਹਿਬ ਦੇ ਸਾਹ ਪਰ ਗੁਰਨਾਗਦੇਵ ਜੀ ਨੇ ਤਾਂ ਆਪਣੀ ਕਲਾ ਉੱਥੇ ਵੀ ਦਿਖਾ ਲਈ ਨਾ ਜਲ ਤੇ ਥਲ ਕਰ ਥਲ ਤੇ ਗੁਆ ਮੀ ਇੰਨਾ ਪਿਆ ਉਸ ਰਾਤ ਇੰਨਾ ਮੀ ਪਿਆ ਕਿ ਉੱਥੇ ਕੋਡੇ ਕੋਡੇ ਪਾਣੀ ਉਹ ਸਵੇਰ ਤੱਕ ਪਾਣੀ ਕਿ ਚੱਲਦੇ ਰਹੇ 7 7 ਤਰੀਕ ਰਾਤ ਨੂੰ ਹੂੰ ਉਸ ਏਰੀਏ 'ਚ ਅਮਰਸਰ ਸ਼ਹਿਰ ਦੇ ਵਿੱਚ ਵੀ ਡੇਰਾ ਬਾਬਾ ਨਾਨਕ ਕਰਤਾਰਪੁਰ 'ਚ ਬਹੁਤ ਮੀ ਪਿਆ ਪਰ ਇਹ ਪ੍ਰੋਗਰਾਮ 9 ਤਰੀਕ ਦਾ ਸੀ ਹਾਂਜੀ 7 ਤਰੀਕ ਰਾਤ ਨੂੰ ਇਹਨੇ ਇਹਨਾ ਵੀ ਪਿਆ ਕਿ 8 ਤਰੀਕ ਵਾਲੇ ਜਿਹੜੇ ਸਾਰੇ ਪ੍ਰੋਗਰਾਮ ਸੀ ਡੇਰਾ ਬਾਬਾ ਨਾਨਕ ਦੇ ਪੰਜਾਹ ਸਾਲ ਦੇ ਹਾਂਜੀ ਉਹ ਕੈਨਸਲ ਕਰਨੇ ਪਏ ਤੇ ਛੋਟੀ ਪੱਧਰ ਤੇ ਹੋਰ ਜਗ੍ਹਾ ਜਾ ਕੇ ਉਹ ਥੋੜੇ ਜਿਹੇ ਪ੍ਰੋਗਰਾਮ ਉਹਨਾਂ ਕੀਤੇ ਬਹੁਤ ਖਾਸ ਸੈਮੀਨਾਰ ਸੀਗਾ ਜਿੱਚ ਕੁਸ਼ਮੀਰ ਦੇ ਮਿੱਤਰਾਂ ਨੇ ਵੀ ਜਾਣਾ ਸੀਗਾ ਉਹ ਪ੍ਰੋਗਰਾਮ ਸਾਰੇ ਕੈਨਸਲ ਹੋਏ ਔਰ 9 ਤਰੀਕ ਵਾਲੇ ਜਿਹੜੀ ਸਪੈਸ਼ਲ ਪੰਡਾਲ ਆਇਆ ਸੀਗਾ ਅਸੀਂ ਡੈਲੀਗੇਸ਼ਨ ਦੇ ਵਿੱਚ ਸੀਗੇ ਸਾਨੂੰ ਲੈ ਗਿਆ ਸਪੈਸ਼ਲ ਜੇ ਗੈਸਟ ਕਰਕੇ ਸਟੇਟ ਗੈਸਟ ਤੇ ਗੋਡੇ-ਗੋਡੇ ਚਿੱਕੜ ਵਿੱਚ ਦੀ ਲੰਕ ਕੇ ਮਤਲਬ ਉੱਥੇ ਹਾਲਾਂਕਿ ਉਹਨਾਂ ਨੇ ਇੰਨਾ ਇੰਤਜ਼ਾਮ ਕੀਤਾ ਹੋਇਆ ਸੀਗਾ ਉਹਦੇ ਵਿੱਚ ਲੰਘ ਕੇ ਜਾਣਾ ਪਿਆ ਪਰ ਚਲੋ ਕੁਦਰਤ ਦਾ ਖੇਡ ਹੈ ਉਹ ਮਤਲਬ ਠੀਕ ਹੈ ਜਿਵੇਂ ਹੈ ਜੀ ਆਪਾਂ ਇਹਦੀ ਪ੍ਰਾਪਤੀਆਂ ਬਾਰੇ ਹੁਣ ਤੁਸੀਂ ਡੇਰਾ ਬਾਬਾ ਨਾਨਕ ਦੀ ਇੱਕ ਤੇ ਜਿਹੜਾ ਹੁਣ ਲੰਘਾ ਇਹ ਵੀ ਕੀ ਤੁਸੀਂ ਸਮਝਦੇ ਹੋ ਪ੍ਰਾਪਤੀ ਹੈ ਵੱਡੀ ਬਹੁਤ ਵੱਡੀ ਪ੍ਰਾਪਤੀ ਹੈ ਬਹੁਤ ਵੱਡੀ ਪ੍ਰਾਪਤੀ ਹੈ ਬਹੁਤ ਲੰਬੇ ਸਮੇਂ ਤੋਂ ਵੈਸੇ ਤਾਂ 72 ਸਾਲ ਹੋ ਗਏ ਨੇ ਵੈਸੇ ਤਾਂ ਸਿੱਖ ਦੀ ਦੋ ਵੇਲੇ ਕੀਤੀ ਜਾਣ ਵਾਲੀ ਅਰਦਾਸ ਦਾ ਹਿੱਸਾ ਹੈ ਹੂੰ ਸਿਰਿੰਨਨ ਕਾਨਾ ਸਾਹਿਬ ਤੋਂ ਲੈ ਕੇ ਹੋਰ ਸ਼ੁਰੂਆਤ ਗੁਰਦੁਆਰਿਆਂ ਜਿਨ੍ਹਾਂ ਤੋਂ ਗੁਰੂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਕ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ ਜੀ ਬੇਸ਼ੱਕ ਆਜੂਨਾਂ ਦਾ ਪ੍ਰਬੰਧ ਸੇਖਾਂ ਦੇ ਹੱਥ ਵਿੱਚ ਹੀ ਹੈ ਹਮ ਪਰ ਉਹਦੇ ਖੁੱਲੇ ਦਰਸ਼ਕ ਦੇਦਾਰੇ ਤੇ ਨਹੀਂ ਨਾ ਹੋ ਰਿਆ ਸੀ ਜੀ ਤੇ ਕਰਤਾਰਪੁਰ ਦਾ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਨੇ ਤਕਰੀਬਨ 18 ਸਾਲ ਰਹਿ ਕੇ ਆਪ ਕੀਤੇ ਕੀਤੇ ਹੋਵੇ ਆਪ ਉਸ ਧਰਤੀ ਦੇ ਵਿੱਚ ਹਲਵਾਇਆ ਹੋਵੇ ਆਪ ਧਰਮਸ਼ਾਲਾ ਦੇ ਵਿੱਚ ਆਈ ਸੰਗਤ ਨੂੰ ਉਪਦੇਸ਼ ਕੀਤਾ ਹੋਵੇ ਉਹ ਸਿਰਫ 4 ਕਿਲੋਮੀਟਰ ਸਰਾਦ ਤੋਂ ਸਥਾਨ ਹੋਵੇ ਤੇ ਅਸੀਂ ਉਹਦੇ ਦਰਸ਼ਨ ਨਾ ਕਰ ਸਕਦੇ ਹੋ ਜੀ ਮੈਂ ਸਮਝਦਾ ਕਿ ਪਹਿਲ ਪਾਕਿਸਤਾਨ ਸਰਕਾਰ ਨੇ ਕੀਤੀ ਭਾਰਤ ਸਰਕਾਰ ਨੇ ਉਹਦਾ ਸਮਰਥਨ ਕੀਤਾ ਉਹਦਾ ਜੀ ਸਪੋਰਟ ਕੀਤਾ ਦੋਹਾਂ ਸਰਕਾਰਾਂ ਨੇ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਪਾਕਿਸਤਾਨ ਸਰਕਾਰ ਨੇ ਕੀਤਾ ਹੈ ਅਗਰ ਭਾਰਤ ਸਰਕਾਰ ਨਾ ਚਾਹੁੰਦੀ ਤੇ ਇੰਨੀ ਜਲਦੀ ਇਹਨੇ ਥੋੜੇ ਟਾਈਮ ਦੇ ਵਿੱਚ ਸਿਰਫ 8-9 ਮਹੀਨੇ 10 ਮਹੀਨੇ ਦੇ ਵਿੱਚ ਇਹ ਕਾਰਜ ਸਿੱਦੇ ਨਹੀਂ ਚੜ ਸਕਣਾ ਸੀਗਾ ਔਰ ਬਹੁਤ ਖੂਬਸੂਰਤ ਟਰਮੀਨਲ ਦੋਹੀ ਪਾਸੇ ਬਣੇ ਲਾਂਗਾ ਖੁੱਲਿਆ ਬੇਸ਼ੱਕ ਅਜੇ ਲੋਕਾਂ ਚ ਭਰਮ ਭਲੇਖੇ ਨੇ ਵੀ ਜਾਣਾ ਕਿਵੇਂ ਆ ਉਨੀ ਗਿਣਤੀ ਵਿੱਚ ਨਹੀਂ ਲੋਕ ਜਾ ਰਹੇ ਜਿੰਨੇ ਉਹ ਜਾਣਾ ਚਾਹੀਦੇ ਸੀ ਜਿੰਨੇ ਦੀ ਆਸ ਕੀਤੀ ਜਾਂਦੀ ਸੀ ਪਰ ਉਹਦੇ باوجود ਉਹ ਜਿਹੜਾ ਲਾਂਗਾ ਖੁੱਲਿਆ ਅਸੀਂ ਥੋੜੀਆਂ ਜਿਹੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਉੱਥੇ ਤੁਰ ਕੇ ਜਾਂ ਉੱਥੇ ਮਤਲਬ ਉਹਨਾਂ ਦੀਆਂ ਜਿਹੜੀਆਂ ਬੱਸਸ ਪ੍ਰੋਵਾਈਡ ਆ ਕਰਤੀਆਂ ਹੋਈਆਂ ਉਹ ਚ ਕਰਤਾਰਪੁਰ ਸਾਹਿਬ ਜਾ ਕੇ ਸਾਰਾ ਦਿਨ ਬਿਤਾ ਸਕਦੇ ਹੋ ਮੈਂ ਅੱਜ ਹੀ ਏ ਮੀਡੀਆ 'ਚ ਖਬਰ ਪੜ ਰਿਆ ਸੀ ਕਿ ਉਹ ਵਿਛੜਿਆ ਨੂੰ ਮਿਲਣ ਦਾ ਮੱਕਾ ਬਣ ਗਿਆ ਹੈ ਕਰਤਾਰ ਹੂੰ 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 ਹਾਂ ਹਾਲਾਂ 47 ਦੀ ਬੰਡ ਜਿਹੜੀ ਹੈ ਇੰਨੇ ਇੰਨੀ ਪੁਰਾਣੀ ਨਹੀਂ ਹੋਈ ਅਜੇ ਉਹ ਲੋਕ ਜਿਉਂਦੇ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਆਪਣਿਆਂ ਨੂੰ ਆਪਣੇ ਦੇ ਹੱਥੋਂ ਮਰਦੇ ਵੇਖਿਆ ਸੀ ਜੀ ਜੀ ਦੋਹਾਂ ਪਾਸੇ ਨਹੀਂ ਉਹਨਾਂ ਦਾ ਕਿਸੇ ਦਾ ਕੋਈ ਪਰਿਵਾਰ ਦਾ ਮੈਂਬਰ ਇੱਧਰ ਆ ਗਿਆ ਕਿਸੇ ਦਾ ਪਰਿਵਾਰ ਦਾ ਮੈਂਬਰ ਉਧਰ ਰਹਿ ਗਿਆ ਹੁਣ ਲੱਭ ਰਹੇ ਨੇ ਮੈਨੂੰ ਪਤਾ ਲੱਗਾ ਕਿ ਉੱਥੇ ਕੁਝ ਇੱਕ ਐਨ ਜੀਓਜ਼ ਨੇ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਸੋਸ਼ਲ ਵਰਕ ਕਰਨ ਵਾਲੇ ਉਹਨਾਂ ਨੇ ਕੁਝ ਸਾਈਟਸ ਬਣਾਈਆਂ ਨੇ WhatsApp ਮੈਸੇਜ ਵਗੈਰਾ ਕਰਕੇ ਇੱਕ ਦੂਜੇ ਨੂੰ ਲੱਭਣ ਵਾਸਤੇ ਉਹ ਇੱਕ ਦੂਜੇ ਨੂੰ ਲੱਭ ਲੱਭ ਕੇ ਇਧਰੋਂ ਤੇ ਉਧਰਲੇ ਜਿਹੜੇ ਹੈਗੇ ਨੇ ਉਹ ਉਹ ਕਰਤਾਰਪੁਰ ਸਾਹਿਬ ਨਾਲੇ ਤੇ ਸਾਹਿਬ ਦੇ ਸਥਾਨ ਦੇ ਦਰਸ਼ਨ ਵੇਲੇ ਕਰਦੇ ਨੇ ਮੱਥਾ ਟੇਕਦੇ ਨੇ ਉੱਥੇ ਨਾਲੇ ਲੰਗਰ ਪਾਣੀ ਛਕਦੇ ਨੇ ਤੇ ਨਾਲੇ ਆਪਣੇ ਵਿਛੜਿਆਂ ਨੂੰ ਬਹੁਤ ਲੰਬੇ ਸਮੇਂ ਬਾਅਦ ਮਿਲਦੇ ਨੇ ਔਰ ਇਹ ਬਹੁਤ ਵੱਡੀ ਪ੍ਰਾਪਤੀ ਹੈ ਤਾਂ ਮੈਂ ਇਹ ਵੀ ਸਮਝਦਾ ਸ਼ਾਇਦ ਸਰਕਾਰਾਂ ਦੇ ਬਸ ਦਾ ਕੰਮ ਨਹੀਂ ਸੀ ਖਾਸ ਕਰਕੇ ਜਦੋਂ ਅੱਜ ਭਾਰਤ ਤੇ ਪਾਕਿਸਤਾਨ ਦੇ ਵਿੱਚ ਸਿਆਸੀ ਤੌਰ ਤੇ ਬਹੁਤ ਸਾਰੇ ਫ੍ਰੈਕਸ਼ਨ ਚੱਲ ਰਹੀ ਹੈ ਬਹੁਤ ਸੁਖਾਵਾਂ ਮਾਹੌਲ ਨਹੀਂ ਉਸ ਦੇ ਬਾਵਜੂਦ ਵੀ ਇੰਨੇ ਥੋੜੇ ਟਾਈਮ ਦੇ ਵਿੱਚ ਇਹ ਕੁਝ ਹੋ ਸਕਣਾ ਮੈਂ ਮਹਿਸੂਸ ਕਰਦਾ ਕਿ ਗੁਰੂ ਨਾਨਕ ਸਾਹਿਬ ਨੇ ਆਪ ਕਿਰਪਾ ਕੀਤੀ ਦੋਹਾਂ ਸਰਕਾਰਾਂ ਨੂੰ ਵੱਤਬਖਸ਼ੀ ਔਰ ਇਨੀ ਤੇਜ਼ੀ ਦੇ ਨਾਲ ਸਾਰਾ ਕੰਸਟਰਕਸ਼ਨ ਦਾ ਕੰਮ ਜਿਹੜਾ ਸੀਗਾ ਇਸ ਲੈਵਲ ਤੱਕ ਪਹੁੰਚਾ ਬੇਸ਼ੱਕ ਹਾਲੇ ਕੰਪਲੀਟ ਨਹੀਂ ਹੋਇਆ ਕੁਝ ਕੰਮ ਰਹਿੰਦੇ ਨੇ ਕਰਨ ਵਾਲੇ ਫਿਰ ਵੀ ਉਹ ਲਾਂਗਾ ਖੋਲਣਾ ਉਹ ਵੀ 550 ਸਾਲਾਂ ਦੇ ਸਮੇਂ ਦੇ ਉੱਤੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਭਾਜ ਸਾਹਿਬ ਜੀ ਉੱਥੇ ਕਰਤਾਰਪੁਰ ਸਾਹਿਬ ਕਿਉਂਕਿ ਅਸੀਂ ਦੋ ਪਾਸੇ ਗਏ ਸੀ ਉੱਥੇ ਵੀ ਇੰਟਰਵਿਊ ਲਈ ਟੈਲਵਿਜ਼ਨ ਵਾਲੇ ਤਾਂ ਮੈਂ ਉੱਥੇ ਵੀ ਗੱਲ ਆਖੀ ਕਿ ਇਮਰਾਨ ਖਾਨ ਐਜ਼ ਅ ਹਿਊਮਨ ਬੀਇੰਗ ਉਹ ਇਹ ਦਸਾਂ ਮਹੀਨੇ ਵਿੱਚ ਆ ਜੋ ਕੰਮ ਹੋਇਆ ਨਹੀਂ ਕਰ ਸਕਦਾ ਸੀ ਉਹਦੀ ਬਖਸ਼ਿਸ਼ ਪਾਕਿਸਤਾਨ ਦੇ ਵਿੱਚ ਜਿਹੜਾ ਕੰਮ ਹੈ ਮਤਲਬ ਕਈ ਏਕੜ ਦੇ ਵਿੱਚ ਉਹ ਜਿਹੜਾ ਪਹਿਲਾਂ ਤਾਂ ਗੁਰਦੁਆਰਾ ਛੋਟਾ ਕੰਪਾਊਂਡ ਸੀਗਾ ਆਦਵਾਰੀ ਛੋਟੀ ਜੀ ਚਾਰਦਵਾਰੀ ਸੀ ਪਿਛਲੇ ਸਾਲ ਤੱਕ ਪਿਛਲੇ ਸਾਲ ਤੱਕ ਜੀ ਚਾਰਦਵਾਰੀ ਸੀ ਤੇ ਸਾਡੇ ਨਾਲ ਪਿਛਲੇ ਸਾਲ ਇੱਕ ਬੰਦਾ ਗਿਆ ਸੀ ਉਹ ਉਹਨਾਂ ਪਿੰਡਾਂ ਵਿੱਚ ਦਸੀ ਉਹ ਕਹਿੰਦਾ ਮੈਂ ਆਪਣੇ ਪਿੰਡ ਨੂੰ ਮਿਲਣਾ ਸੁਨੇਹ ਭੇਜਿਆ ਉਹਨਾਂ ਨੇ ਕਿਉਂਕਿ ਸਿਕਿਉਰਿਟੀ ਕਰਕੇ ਅਸੀਂ ਨਹੀਂ ਜਾ ਸਕਦੇ ਸੀ ਉਹ ਪਿੰਡਾਂ ਵਾਲੇ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਚੜ ਚੜ ਕੇ ਉਸ ਉਹਨਾਂ ਖੇਤਾਂ ਵਿੱਚ ਆ ਕੇ ਉਹਨਾਂ ਖੇਤਾਂ ਵਿੱਚ ਆ ਕੇ ਮਿਲੇ ਹੂੰ ਸਾਨੂੰ ਬੜਾ ਚਾ ਮਿਲਾਨਾ ਆ ਕਿਉਂਕਿ ਤੁਸੀਂ ਜੱਥੇ ਨਾਲ ਗਏ ਹੋਣੇ ਤਾਂ ਤੁਸੀਂ ਨਹੀਂ ਜਾ ਸਕਦੇ ਤੇ ਐ ਕਿ ਉਹਨਾਂ ਨੇ ਜਿਹੜਾ ਗੁਰਦੁਆਰਾ ਸਾਹਿਬ ਆ ਕਰਤਾਰਪੁਰ ਸਾਹਿਬ ਦਾ 44 ਏਕੜ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਹੀ ਬਣਾਇਆ 26 ਏਕੜ ਉਹਦੇ ਨਾਲ ਲਾਈ ਹੈ ਜੀ ਸਬਜ਼ੀ ਸਬਜ਼ੀਆਂ ਕਾਉਣ ਵਾਸਤੇ ਲਗਾ ਵਾਸਤੇ ਫਾਰਮ ਜਿਹੜੀ ਆ ਤੇ ਉਸ ਤੋਂ ਬਾਅਦ ਜਿਹੜਾ 23 34 ਏਕੜ ਬਾਕੀ ਉਹ ਗਾਰਡਨਿੰਗ ਤਾਂ ਕਿ ਉਹ ਕਹਿੰਦਾ ਮੈਂ 104 ਏਕੜ ਗੁਰਨਾਗਸਾ ਜੀ ਦੇ ਬਲੇ ਸੀ ਉਹ ਜ਼ਮੀਨਾਂ ਪੂਰੀ ਕਰਤੇ ਸੋ ਬਹੁਤ ਵੱਡਾ ਕੰਪਲੈਕਸ ਨਾਲੇ ਜਿਹੜਾ ਖੂਬੀ ਹੈ ਨਾ ਉਹ ਕੰਪਲੈਕਸ ਇਹ ਗੁਰਦੁਆਰਾ ਕੱਲਾ ਨਹੀਂ ਇਟਸ ਅ ਟੂਰਿਸਟ ਅਟਰੈਕਸ਼ਨ ਉਥੇ ਮਿਊਜ਼ੀਅਮ ਬਣਾਇਆ ਗਿਆ ਇੱਕ ਪਾਸੇ ਜਿਹਦੇ ਵਿੱਚ ਪੇਂਟਿੰਗ ਤੁਸੀਂ ਦੇਖੀ ਹੋਣੀ ਹੈ ਪੇ ਨਹੀਂ ਅਸੀਂ ਸਾੜੇ ਕੋ ਸਮਾਂ ਥੋੜਾ ਸੀਗਾ ਉਹ ਪਾਕਿਸਤਾਨ ਦਾ ਕੋਈ ਸੀ ਆਰਟਿਸਟ ਸੀਗਾ ਬੜੀਆਂ ਸੁੰਦਰ ਪੇਂਟਿੰਗ ਬਣਾਇਆ ਹੋਪਨਿੰਗ ਕਰਨ ਸਮੇਂ ਹਮ ਡਿਲੇ ਹੋ ਗਏ ਸੀਗੇ 2:30 ਵਜੇ ਤੋਂ ਓਪਨਿੰਗ ਹੀ ਹੋਈ ਹਮ 2:30 ਵਜੇ ਫਿਰ ਕਾਲੀ ਕਾਲੀ ਗਏ ਸੀ ਫਿਰ ਉਧਰ ਨਾਲ ਸਮਾਗਮ ਫੰਕਸ਼ਨ ਸੀ ਉਹਨਾਂ ਦਾ ਓਪਨਿੰਗ ਦਾ ਅਸੀਂ ਸੈਟਫ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਕੇ ਮਤਲਬ ਦੇਖ ਸਕੇ ਪ੍ਰਸ਼ਾਦ ਲੈ ਕੇ ਹਾਂ ਤੇ ਥੋੜਾ ਚਿਰ ਉੱਥੇ ਉਹਨਾਂ ਦਾ ਜਿਹੜਾ ਫੰਕਸ਼ਨ ਸੀ ਉਹਨੂੰ ਪਾਰਟਿਸਿਪੇਟ ਕਰਨਾ ਸੀਗਾ ਫਿਰ ਵਾਪਸ ਆ ਕੇ ਅਸੀਂ ਬਹੁਤਾ ਕੁਝ ਵੇਖ ਨਹੀਂ ਸਕੇ ਸੀ ਕਿਉਂਕਿ ਉਹਨਾਂ ਨੇ ਇੱਕ 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 ਕਿਸਮ ਦੀ ਟੂਰਿਸਟ ਅਟਰੈਕਸ਼ਨ ਬਣਾਤੀ ਮਿਊਜ਼ੀਅਮ ਪਿਛੇਪਗਾਂ ਦੁਕਾਨਾਂ ਵੀ ਖੋਲ ਦੇਣੀਆਂ ਤੇ ਹੋਰ ਬੜਾ ਕੁਝ ਬਣ ਰਿਹਾ ਉੱਥੇ ਤੇ ਜਿਹੜੇ ਆਪਾਂ ਸਿੱਖ ਹੀ ਨਹੀਂ ਉੱਥੇ ਪਾਕਿਸਤਾਨੀ ਬੜੇ ਜਾਂਦੇ ਨੇ ਉਹਨਾਂ ਦੀ ਬਹੁਤ ਸ਼ਰਧਾ ਪੀਰ ਬਾਬਾ ਨਾਨਕ ਤੇ ਬਾਬਾ ਨਾਨਕ ਦੇ ਉੱਤੇ ਉਹਨਾਂ ਦੀ ਜਿਹੜੀ ਸ਼ਖਤ ਕਿਉਂਕਿ ਇੱਕੋ ਇੱਕ ਸਥਾਨ ਹੈ ਜਿੱਥੇ ਇੱਕ ਅਮਕਬਰ ਮਕਰਵਾ ਨੇ ਮਕਰਵਾ ਬਣਿਆ ਤੇ ਗੰਦ ਦੂਗੀ ਪਾਸੇ ਗੁਰਦੁਆਰਾ ਹਾਂ ਗੁਰੂ ਨਾਨਕ ਦੇਵ ਜੀ ਦਾ ਇਹ 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 ਸਾਰਾ ਕੁਝ ਮਤਲਬ 550 ਸਾਲਾਂ ਨਾਲ ਜੁੜ ਕੇ ਹੋਇਆ ਇਹ ਵੱਡੀ ਪ੍ਰਾਪਤੀ ਹੈ ਵੱਡੀ ਪ੍ਰਾਪਤੀ ਹੈ ਹੋਰ ਵੀ ਬਹੁਤ ਕੁਝ ਹੋਇਆ ਹੈ ਮਤਲਬ ਇਹ ਬਹੁਤ ਸਾਰੇ ਨਵੇਂ ਇੰਸਟੀਚਿਊਟ ਖੁੱਲੇ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਸ਼ੁਰੂ ਕੀਤੀ ਪੰਜਾਬ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਕਿ ਦੁਨੀਆ ਦੀਆਂ 11 ਯੂਨੀਵਰਸਿਟੀਆਂ ਦੇ ਵਿੱਚ ਗੁਰੂ ਨਾਨਕ ਚੇਅਰ ਸਥਾਪਿਤ ਕਰਨੀ ਹੈ ਭਾਰਤ ਸਰਕਾਰ ਵੱਲੋਂ ਦੋ ਇੱਕ ਸਾਡੇ ਇੰਗਲੈਂਡ ਚ ਬਰਮਿੰਗਮ ਦੇ ਵਿੱਚ ਤੇ ਇੱਕ ਅਮਰੀਕਾ ਕੈਨੇਡਾ ਦੇ ਵਿੱਚ ਸ਼ਾਇਦ ਅਮਰੀਕਾ ਦੇ ਵਿੱਚ ਗੁਰੂ ਨਾਨਕ ਦੇ ਨਾਮ ਤੇ ਚੇਅਰ ਕਾਇਮ ਕਰਨੀ ਹੈ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਉਪਰਾਲੇ ਹੋਏ ਤੇ ਜਿਨ੍ਹਾਂ ਤੋਂ ਆਸ ਰੱਖਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਨਤੀਜੇ ਜੜੇ ਆ ਆ ਸਕਦੇ ਨੇ ਜੇ ਕਿਤੇ ਅਸੀਂ ਠੀਕ ਢੰਗ ਨਾਲ ਆਪਣੇ ਆਪ ਨੂੰ ਉਸ ਢੰਗ ਦੇ ਬਣਾ ਕੇ ਵਰਤੀ ਹੈ ਤਾਂ ਦੂਸਰਾ ਅਜ ਤੋਂ ਕੁਝ ਸਾਲ ਪਹਿਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼ਾਇਦ ਜਨਮ ਸਥਾਨ ਤੇ ਹੁੰਦਾ ਹੋਵੇ ਬਹੁਤ ਘੱਟ ਹੁਣ ਬਹੁਤ ਘੱਟ ਗੁਰਦੁਆਰੇ ਸੀ ਪਹਿਲਾਂ ਸਿਰਫ ਤਿੰਨ ਜਗ ਤਿੰਨ ਜਨਮ ਸਥਾਨ ਸੀ ਡੇਰਾ ਸਾਹਿਬ ਲਾਹੌਰ ਜਨਮ ਸਥਾਨ ਨਨਕਾਣਾ ਸਾਹਿਬ ਤੇ ਗੁਰਦੁਆਰਾ ਪੰਜਾ ਸਾਹਿਬ ਹਾਂ ਉਸ ਤੋਂ ਬਾਅਦ ਫਿਰ ਜਦੋਂ ਅਫਗਾਨਿਸਤਾਨ ਤੋਂ ਕੁਝ ਸੰਗਤ ਆਈ ਕੁਝ ਨਨਕਾਣਾ ਸਾਹਿਬ ਦੇ ਸਿੰਘ ਸੀਗੇ ਇਹ ਨਨਕਾਣਾ ਸਾਹਿਬ ਦੇ ਵਿੱਚ ਕੁਝ ਹੋਰ ਗੁਰਦੁਆਰੇ ਜਿਹੜੇ ਸੀਗੇ ਉਹ ਖੋਲੇ ਗਏ ਜਿਹੜੇ ਸਤ ਗੁਰਦੁਆਰੇ ਨੇ ਜੀ ਹੁਣ ਉਹਨਾਂ ਸਤਾਂ ਵਿੱਚ ਹੀ ਮਹਾਰਾਜ ਪ੍ਰਕਾਸ਼ ਹੈ ਰੋੜੀ ਸਾਹਿਬ ਪ੍ਰਕਾਸ਼ ਹੈ ਪੰਜਾ ਸਾਹਿਬ ਪ੍ਰਕਾਸ਼ ਹੈ ਸੱਚਾ ਸੌਦਾ ਸੱਚਾ ਸੌਦਾ ਡੇਰਾ ਸਾਹਿਬ ਤੇ ਕਿਹ ਜਿਹੜੇ ਵੱਡੇ ਗੁਰਦੁਆਰੇ ਗੁਰਦੁਆਰੇ ਨੇ ਬੜੇ ਬੜੇ ਡੇਰਾ ਸਾਹਿਬ ਲਾਹੌਰ ਦੇ ਵਿੱਚ ਆ ਲਾਹੌਰ ਦੇ ਵਿੱਚ ਜਿਹੜਾ ਗੁਰਦੁਆਰਾ ਸੀ ਸੇਂਗ ਸਿੰਘਣੀਆਂ ਦਾ ਯਾਦ ਵਿੱਚ ਹੈ ਉੱਥੇ ਵੀ ਉੱਥੇ ਮਹਾਰਾਜ ਪ੍ਰਕਾਸ਼ ਹੈ ਜਿੱਥੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸਥਾਨ ਹੈ ਉਹਦੇ ਬਿਲਕੁਲ ਲੱਗੇ ਆ ਉਹਦੇ ਹੂੰ ਉਹ ਇਸ ਤਰ੍ਹਾਂ ਬਹੁਤ ਸਾਰੀਆਂ ਯਾਦਗਾਰਾਂ ਜਿਹੜੀਆਂ ਸੀ ਪੁਰਾਣੇ ਇਤਿਹਾਸਕ ਥਾਂ ਜਿਹੜੇ ਨੇ ਉਹ ਖੁੱਲ ਗਏ ਨੇ ਤੇ ਸੰਗਤ ਜਾਂਦੀ ਵੀ ਹੈ ਤੇ ਹੁਣ ਪਾਕਿਸਤਾਨ ਦੇ ਜਿਹੜੇ ਸਿੱਖ ਨੇ ਉਹ ਵੀ ਕਾਫੀ ਵੱਡੀ ਗਿਣਤੀ ਚ ਹੈ ਲekin ਉਹ ਜਿਆਦੇ ਨਹੀਂ ਹੁਣ ਜੰਮੂ-ਕਸ਼ਮੀਰ ਤੋਂ ਕੁਝ ਆ ਗਏ ਨੇ ਤੇ ਹੌਲੀ-ਹੌਲੀ ਜਿਹੜੀ ਰੌਣਕ ਹੈ ਉਹ ਬਣਦੀ ਜਾਂਦੀ ਹੈ ਸੋ ਇਹ ਬੜੀਆਂ-ਬੜੀਆਂ ਪ੍ਰਾਪਤੀਆਂ ਇਹ ਧੰਗੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ ਕਰਕੇ ਸਿਖਾਂਦ ਕਰਵਾਈਆਂ ਜਿਹੜੀਆਂ ਕਿ ਇਹ ਇੱਕ ਮੈਂ ਕਹਿੰਦਾ ਮਾਈਲਸਟੋਨ ਹੈ ਕਿ 550 ਸਾਲ ਦਾ ਮਨਾਉਂਦਿਆਂ ਆ ਕੁਝ ਹੋਇਆ ਆ ਕੁਝ ਹੋਇਆ ਤੇ ਇਹ ਰੇਂਦੀ ਦੁਨੀਆ ਤੱਕ ਇਹ ਜਾਦਗਰਾਂ ਬਣ ਗਈਆਂ ਖਾਸ ਕਰਕੇ ਖਾਸ ਕਰਕੇ ਜਿਹੜਾ ਲੰਘਾ ਖੁੱਲ ਗਿਆ ਕਰਤਾਰਪੁਰ ਸਾਹਿਬ ਦਾ ਅੱਗੇ ਦੂਰਬੀਨਾ ਲਾ ਲਾ ਕੇ ਉੱਥੋਂ ਜਿਹੜਾ ਬਾਬਾ ਨਾਨਕ ਨੂੰ ਦੇਖਦੇ ਸੀ ਹੁਣ ਤੁਸੀਂ ਉਹ 4 ਕਿਲੋਮੀਟਰ ਉਹ ਬੱਸ ਦੇ ਵਿੱਚ ਬੈਠ ਕੇ ਵੇਖਾਂ ਹਲੇ ਸਰਕਾਰੀ ਫਾਰਮੈਲिटीज ਬਹੁਤ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਹਾਂਜੀ ਉਹਦੇ ਸਬੰਧ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਬਖ ਬਖ ਐਵੈਨਿਊਸ ਤੋਂ ਪੇ ਉਹਨਾਂ ਨੂੰ ਥੋੜਾ ਘੱਟ ਕੀਤਾ ਜਾਏ ਸੌਖਾ ਕੀਤਾ ਜਾਏ ਜਾਣਾ ਪਾਕਿਸਤਾਨ ਨੇ 20 ਡਾਲਰ ਮਰ 20 ਯੂ ਐਸ ਡਾਲਰ ਦੀ ਸ਼ਰਤ ਰੱਖੀ ਹੋਈ ਹੈ ਉਹਦੇ ਬਾਰੇ ਬੜਾ ਬਾਬੇਲਾ ਖੜਾ ਹੋਇਆ ਸੀ ਮੈਂ ਸਮਝਦਾ ਕਿ ਉਹ ਬਹੁਤ ਵੱਡੀ ਗੱਲ ਨਹੀਂ ਹੂੰ ਉਹ ਜਿਹੜੇ ਹੈਗੇ ਨੇ ਉਹਨਾਂ ਦਾ ਪ੍ਰਬੰਧ ਠੀਕ ਹੈ ਪਰ ਸਾਡੇ ਵੱਲੋਂ ਜਿਹੜੀਆਂ ਭਾਰਤ ਸਰਕਾਰ ਦੀਆਂ ਕੁਝ ਫਾਰਮੈਲਿਟੀਆਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਉਹਦੇ ਸੰਬੰਧ ਵਿੱਚ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਥੋੜਾ ਹੋਰ ਸੌਖਾ ਹੋ ਜਾਊਗਾ ਤੇ ਜਾਣਾ ਫਿਰ ਹੋਰ ਵੀ ਸੌਖਾ ਹੋਊਗਾ ਹੇ ਤੇ ਇੱਕ ਦੋ ਜਿਹੜੇ ਹੋਰ ਇਸ਼ੂ ਆ ਪਿਛਲੇ ਦਿਨ ਵਿੱਚ ਆਏ ਨੇ ਆਪਾਂ ਉਹਨਾਂ ਤੇ ਵੀ ਐ ਤਤੋਂ ਉਸਤੀਆਂ ਚਾਣਨਾ ਪਾਉਣਾ ਕਿ ਐਕਸਪ੍ਰੀਮ ਕੋਰਟ ਦਾ ਜਿਹੜਾ ਡਿਸੀਜਨ ਹੈ ਅਜੁਦਿਆ ਹਾਂਜੀ ਜਿਹੜਾ ਕਿ ਉੱਥੇ ਪਸੀਤਾ ਕੇ ਮੰਦਰ ਮੋਣਾ ਉਹਦੇ ਬਾਰੇ ਅ ਬੜਾ ਬਾਬਰੋਲਾ ਪਿਛਲੇ ਪਿਛਲੇ ਸਮੇਂ ਤੋਂ ਚੱਲ ਰਿਹਾ ਹੈ ਕਿ ਸਿੱਖ ਕੌਮ ਨੂੰ ਇੱਕ ਕਲਤਾ ਆਖਿਆ ਗਿਆ ਤੇ ਉੱਥੇ ਗੁਰਨਾਗਦੇਵ ਜੀ ਗਏ ਜਾਂ ਹੋਰ ਸਿੰਘ ਗਏ ਇਹ ਦਿਵਾਰ ਥੋੜਾ ਚਾਨਣਾ ਪਾਉ। ਨਹੀਂ ਜੀ ਦੋ ਜਿਹੜਾ ਗੁਰੂ ਨਾਨਕ ਦੇਵ ਤਾਂ ਬਹੁਤ ਸਾਰੇ ਮਤਲਬ ਹਿੰਦੂਸਤਾਨਾਂ ਤੇ ਦੂਜੇ ਧਾਰਮਿਕ ਸਥਾਨਾਂ ਤੇ ਗਏ। ਚਾਰ ਉਦਾਸੀਆਂ ਜਾਂ ਤਿੰਨ ਉਦਾਸੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ। ਹਮ ਇਹਨਾਂ ਲੰਬਾ ਸਮਾਂ ਉਹਨਾਂ ਨੇ ਪ੍ਰਚਾਰ ਦੌਰੇ ਕੀਤੇ ਐ। ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਬਹੁਤੇ ਪ੍ਰਚਾਰ ਦੌਰਿਆਂ ਦੌਰਾਨ ਜਿਹੜਾ ਪੜਾ ਕੀਤਾ ਉਹ ਧਾਰਮਿਕ ਸਥਾਨਾਂ ਤੇ ਕੀਤਾ ਜਿਹੜੇ ਸੋ ਕਾਲ ਤੀਰਥ ਸਥਾਨ ਸੀਗੇ। ਉੱਥੇ ਕੀਤੇ ਹਰਦਵਾਰ ਕੀਤਾ, ਕੁਰਖੇਤਰ ਕੀਤਾ, ਜਗਨਨਾਥ ਪੁਰੀ ਕੀਤਾ। ਜਿੱਥੇ-ਜਿੱਥੇ ਵੀ ਧਾਰਮਿਕ ਸਥਾਨ ਸੀ ਜਿੱਥੇ ਲੋਕ ਇਕੱਠੇ ਹੁੰਦੇ ਸੀ ਉੱਥੇ ਗੁਰੂ ਨਾਨਕ ਸਾਹਿਬ ਗਏ ਨੇ ਤੇ ਉਹ ਜਦਿਆਂ ਵੀ ਗਏ ਨੇ ਹੂੰ ਜਿਵੇਂ ਬਾਕੀ ਗਏ ਨੇ ਉਦੋਂ ਉਹ ਜਦਿਆਂ ਹੀ ਗਏ ਨੇ ਜਿੱਦਾਂ ਬਾਕੀ ਅਸਥਾਨਾਂ ਤੇ ਜਾ ਕੇ ਜੇ ਹੁਣ ਜਗਨਨਾਥਪੁਰੀ ਦੀ ਗੱਲ ਕਰੀਏ ਜੀ ਹੁਣ ਜਗਨਨਾਥਪੁਰੀ ਦੀ ਆਰਤੀ ਦੁਨੀਆ ਚ ਪ੍ਰਸਿੱਧ ਹੈ ਤੇ ਗੁਰੂ ਨਾਨਕ ਸਾਹਿਬ ਉੱਥੇ ਆਦੀ ਥਾਲੀ ਚ ਦੀਵੇ ਬਾਲ ਕੇ ਕਰਨ ਵਾਲੀ ਜੀ ਕੀਤੀ ਜਾਣ ਵਾਲੀ ਆਰਤੀ ਦਾ ਖੰਡਨ ਕਰਕੇ ਗगन ਮੈ ਥਾਰ ਚਾਂਦੀਪਕ ਬਣੇ ਤਾਰਕਾ ਮੰਡਲ ਜਨਕਮੋਤੀ ਦੀ ਗੱਲ ਕਰਦੇ ਨੇ ਹੂੰ ਇਹਦਾ ਮਤਲਬ ਇਹ ਥੋੜਾ ਆ ਵੀ ਜਗਨਨਾਥ ਪੁਰੀ ਗੁਰੂ ਨਾਨਕ ਸਾਹਿਬ ਗਏ ਨੇ ਤੇ ਜਗਨਨਾਥ ਮੰਦਿਰ ਦੇ ਜਗਨਨਾਥ ਦੀ ਮੂਰਤੀ ਦੇ ਪੁਜਾਰੀ ਬਣ ਗਏ ਨੇ ਜੇ ਗੰਗਾ ਤੇ ਹਰਦੁਆਰ ਗਏ ਨੇ ਗੁਰੂ ਨਾਨਕ ਸਾਹਿਬ ਲੋਕ ਤਾਂ ਸੂਰਜ ਨੂੰ ਪਾਣੀ ਦਿੰਦੇ ਨੇ ਉਹ ਲੈਂਦੇ ਪਾਸੇ ਪਾਣੀ ਦੇ ਕੇ ਲੋਕਾਂ ਨੂੰ ਇਹ ਹਟਾ ਰਹੇ ਨੇ ਕਿ ਸੂਰਜ ਰਾਹੀਂ ਪਿੱਤਰਾਂ ਨੂੰ ਪਾਣੀ ਨਹੀਂ ਪਹੁੰਚਣਾ ਇਸ ਤਰੀਕੇ ਨਾਲ ਤਾਂ ਪੰਡਤ ਤੁਹਾਡੀ ਜਿਹੜੀ ਹੱਕ ਦੀ ਕੀਤੀ ਹੋਈ ਕਮਾਈ ਹੈ ਉਹਨੂੰ ਖਾਣ ਦਾ ਸਾਧਨ ਬਣਾਇਆ ਹੋਇਆ ਹੈ ਗੁਰੂ ਨਾਨਕ ਸਾਹਿਬ ਉਹਨਾਂ ਸਥਾਨਾਂ ਦੇ ਉੱਤੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਗਏ ਜੇ ਸੁਪਰੀਮ ਕੋਰਟ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਇੱ ਠੀਕ ਹੈ ਗੁਰਨਾਨ ਸਾਹਿਬ ਆਏ ਗਏ ਉਥੇ ਪਰ ਗੁਰੂ ਨਾਨਕ ਸਾਹਿਬ ਉਸ ਰਾਮਚੰਦਰ ਦੀ ਪੂਜਾ ਕਰਨ ਵਾਸਤੇ ਥੋੜੋ ਗਏ ਗੁਰੂ ਨਾਨਕ ਸਾਹਿਬ ਤਾਂ ਉਸ ਤੀਰਥ ਸਥ ਤੇ ਉਸ ਸਥਾਨ ਤੇ ਇਕੱਠੇ ਹੋਏ ਲੋਕਾਂ ਨੂੰ ਸਮਝਾਉਣ ਵਾਸਤੇ ਗਏ ਕਿ ਮਤ ਪੱਥਰ ਦੀਆਂ ਮੂਰਤੀਆਂ ਚੋਂ ਕੀ ਲੱਭਦੇ ਹੋ ਤੁਸੀਂ ਭਾਈ ਇੱਕ ਈਸ਼ਵਰ ਦੀ ਗੱਲ ਕਰਿਆ ਕਰੋ ਸਤਨਾਮ ਦੀ ਗੱਲ ਕਰਿਆ ਕਰੋ ਲੋਕਾਂ ਨਾਲ ਮਨੁੱਖਾਂ ਵਾਲਾ ਸਲੂਕ ਕਰਿਆ ਕਰੋ ਐਵੇਂ ਬਾਕੀ ਊਚ ਨੀਚ ਦਾ ਭੈਣ ਭੇਦ ਪਾ ਕੇ ਕਿਸੇ ਨੂੰ ਮੰਦਰ ਚ ਆਉਣ ਦਿੰਦੇ ਉਹ ਕਿਸੇ ਨੂੰ ਨਹੀਂ ਆਉਣ ਦਿੰਦੇ ਇਹ ਸਾਰੇ ਲੋਕ ਕੀ ਇੱਕੋ ਰੱਬ ਦੇ ਪੈਦਾ ਕੀਤੇ ਹੋਏ ਨੇ ਗੁਰੂ ਨਾਨਕ ਸਾਹਿਬ ਉਹਨਾਂ ਸਾਰੇ ਸਥਾਨਾਂ ਦੇ ਉੱਤੇ ਆਪਣਾ ਮੈਸੇਜ ਦੇਣ ਵਾਸਤੇ ਆਪਣੀ ਸਿੱਖਿਆ ਦੇਣ ਵਾਸਤੇ ਗਏ ਹੂੰ ਹੂੰ ਉੱਥੇ ਦੀ ਪੂਜਾ ਕਰਨ ਵਾਸਤੇ ਨਹੀਂ ਗਏ ਜੋ ਗੁਰੂ ਸਾਹਿਬ ਜਾਂਦੇ ਸਨ ਉੱਥੇ ਹੀ ਜਿੱਥੇ ਕਿ ਉਹ ਧਾਰਮਿਕ ਸਥਾਨਾਂ ਦੇ ਉੱਤੇ ਹੂੰ ਔਕ੍ਰਿਤੀਆਂ ਹਾਂ ਹੋ ਰਹੀਆਂ ਸਨ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਜਦੋਂ ਉੱਥੇ ਇਕੱਠ ਹੋਇਆ ਹੁੰਦਾ ਸੀ ਨਾ ਜੀ ਕਿਉਂਕਿ ਸੁਭਾਵਿਕ ਹੀ ਉੱਥੇ ਇਕੱਠ ਹੁੰਦਾ ਹੁੰਦਾ ਸੀ ਇਕੱਠ ਹੋਇਆ ਹੁੰਦਾ ਸੀਗਾ ਜੀ ਦੂਸਰੀ ਜਿਹੜੀ ਗੱਲ ਬਹੁਤ ਹੋਈ ਹੈਗੀ ਆ ਰੌਲਾ ਪਿਆ ਉਸ ਵੇਲੇ ਭਈ ਉਹ ਕਲਟ ਦੀ ਗੱਲ ਕੀਤੀ ਹੈ ਸ਼ਬਦ ਵਰਤਿਆ ਹੈ ਸਿੱਖਾ ਵਾਸਤੇ ਸ਼ਬਦ ਜਜਮੈਂਟ ਦੇ ਵਿੱਚ ਕਲਟ ਸ਼ਬਦ ਵਰਤਿਆ ਹੈ ਸਾਡੀ ਸਮਝ ਦੇ ਮੁਤਾਬਕ ਜਾਂ ਸਾਡੀ ਸੋਚ ਦੇ ਮੁਤਾਬਕ ਕਲਟ ਇੱਕ ਘਟਿਆ ਜਿਹਾ ਸ਼ਬਦ ਹੈ ਇਹ ਉਹਨਾਂ ਲੋਕਾਂ ਵਾਸਤੇ ਵਰਤਿਆ ਜਾਂਦਾ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਧਰਮ ਤੋਂ ਐਵੇਂ ਲੋਕਾਂ ਨੂੰ ਆਪਣੇ ਮਗਰ ਲਾਉਣ ਵਾਸਤੇ ਜਿਵੇਂ ਉਹ ਸਰਸੇ ਵਾਲਾ ਸਾਥ ਸੀ ਜਿਹੜਾ ਹੁਣ ਜੇਲ੍ਹ ਚ ਜਾ ਕੇ ਪੜਦਾ ਫਿਰਦਾ ਹੈ ਇਹੋ ਜਿਹੇ ਜਿਹੜੇ ਲੋਕ ਸੀ ਉਹ ਕਲਟ ਹੁੰਦੇ ਨੇ ਪਰ ਜਦੋਂ ਅਸੀਂ ਦੁਨੀਆ ਦੀਆਂ ਡਿਕਸ਼ਨਰੀਜ਼ ਦੇਖਦੇ ਆਂ ਆਕਸਫੋਰਡ ਡਿਕਸ਼ਨਰੀ ਦੇਖੀ ਹੈ ਨਾ ਇੰਗਲਿਸ਼ ਦੀ ਉਹ ਜਿਹੜਾ ਕਲਟ ਦਾ ਮਤਲਬ ਹੈ ਇਹ ਸਿਸਟਮ ਆਫ ਅ ਰਿਲੀਜੀਅਸ ਬਲੀਫ ਹੂੰ ਫਾਰਮਲ ਵਰਸ਼ਪ ਸੈਕਟ ਐਂਡ ਆਰਥੋਡੌਕਸ ਰਿਲੀਜੀਅਨ ਹੂੰ ਇਹ ਕਲਟ ਦਾ ਮਤਲਬ ਹੈ ਜੀ ਇਹ ਜਿਹੜੀ ਮਤਲਬ ਇੰਗਲਿਸ਼ ਦੀ ਆਕਸਫੋਰਡ ਦੀ ਯੂਨੀਵਰਸਿਟੀ ਹੈ ਉਹਦੇ ਇਹ ਉਹਦੇ ਵਿੱਚ ਇਹ ਅਰਥ ਹੈਗੇ ਨੇ ਹੁਣ ਜਿਹੜੀਆਂ ਸਾਡੀਆਂ ਪੰਜਾਬੀ ਦੀਆਂ ਡਿਕਸ਼ਨਰੀਆਂ ਆ ਉਹਦੇ ਵਿੱਚ ਜਿਹੜੇ ਹੈਗੇ ਨੇ ਅਰਥੇ ਦੇ ਮੈਂ ਤੁਹਾਨੂੰ ਦੱਸਦਾ ਜਿਹੜੀ ਪਟਿਆਲਾ ਯੂਨੀਵਰਸਿਟੀ ਦੀ ਹੈ ਪਟਿਆਲਾ ਯੂਨੀਵਰਸਿਟੀ ਵੱਲੋਂ ਪੰਜਾਬੀ ਦੀ ਜਿਹੜੀ ਡਿਕਸ਼ਨਰੀ ਛਾਪੀ ਗਈ ਆ ਹਾਂ ਉਹਦੇ ਵਿੱਚ ਕਲਸ਼ ਦੇ ਅਰਥ ਕਲਸ਼ ਦੇ ਅਰਥ ਆ ਪੰਜਾਬੀ ਇੰਗਲਿਸ਼ ਤੋਂ ਪੰਜਾਬੀ ਹੈ ਮਾਰਗ ਸੰਪਰਦਾ ਧਰਮ ਰੀਤ ਦੀਨ ਪੂਜਾ ਪદ્ધਤੀ ਹੂੰ ਇਹ ਕਲਪ ਹੈ ਹੂੰ ਹੂੰ ਹੁਣ ਇਹਦੇ ਵਿੱਚ ਇੱਕ ਧਰਮ ਹੈ ਜਿਹੜਾ ਮਾਰਗ ਹੂੰ ਹੁਣ ਜਿਹੜਾ ਪੰਥ ਹੈ ਪੰਥ ਦਾ ਮਤਲਬ ਮਾਰਗ ਹੁੰਦਾ ਹੈ ਹੂੰ ਜਿਹੜਾ ਗੁਰੂ ਨਾਨਕ ਸਾਹਿਬ ਦਾ ਧਰਮ ਹੈ ਉਹ ਮਾਰਗ ਵੀ ਹੈ ਉਹ ਧਰਮ ਵੀ ਹੈ ਉਹ ਇੱਕ دین ਵੀ ਹੈ ਉਹ ਪੂਜਾ ਪદ્ધਤੀ ਵੀ ਹੈ ਹੁਣ ਜਦੋਂ ਅਸੀਂ ਡਿਕਸ਼ਨਰੀਆ ਦੀ ਗੱਲ ਕਰਦੇ ਆ ਦੂਸਰੇ ਪਾਸੇ ਜਿਹੜੀ ਇਸ ਵੇਲੇ ਪੰਜਾਬੀ ਦੀ ਜਿਹੜੀ ਡਿਕਸ਼ਨਰੀ ਸਿੰਘ ਬਰਦਰਸ ਨੇ ਛਾਪੀ ਹੈ ਜਿਹੜੀ ਪਟਿਆਲਾ ਯੂਨੀਵਰਸਿਟੀ ਦੇ ਸਕਾਲਰਸ ਨੇ ਬੈਠ ਕੇ ਤਿਆਰ ਕੀਤੀ ਹੈ ਅਸੀਂ ਕੌਮ ਦੀ ਗੱਲ ਕਰਦੇ ਆਂ ਇਹ ਅਸੀਂ ਕਲਟ ਨਹੀਂ ਸਿੱਖ ਕਲਟ ਨਹੀਂ ਹੈਗਾ ਸਿੱਖ ਕੌਮ ਹੈ ਹੂੰ ਉਸ ਡਿਕਸ਼ਨਰੀ ਦੇ ਵਿੱਚ ਜਿਹੜੀ ਕੌਮ ਦੀ ਡੈਫੀਨੇਸ਼ਨ ਹੈ ਕੌਮ ਨੇਸ਼ਨ ਕਰੀਡ ਕਾਸਟ ਡਰਾਈਵ ਸੈਕਟ ਕਲਾਨ ਹੂੰ ਨੇਸ਼ਨ ਅਸੀਂ ਇਹ ਕਹਿੰਦੇ ਸੀ ਨੇਸ਼ਨ ਹੈ ਨਾ ਹੂੰ ਕੌਮ ਨੇਸ਼ਨ ਵੀ ਹੁੰਦੀ ਹੈ ਕਰੀਡ ਵੀ ਹੁੰਦੀ ਹੈ ਕਾਸਟ ਵੀ ਹੁੰਦੀ ਹੈ trybi sect clan ਇਹ ਜਿਹੜੀਆਂ ਡਿਕਸ਼ਨਰੀਜ਼ ਨੇ ਉਹਦੇ ਇਹ मीनिंग ਹੈ ਹੁਣ ਜਦੋਂ ਸਾਨੂੰ ਲੱਗਦਾ ਹੈ ਕਿ ਇਹ ਕਲਟ ਸਾਡੇ ਵਾਸਤੇ ਸ਼ਬਦ ਵਰਤਿਆ ਗਿਆ ਤੇ ਸਾਡੀ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਡਿਕਸ਼ਨਰੀ ਹੈ ਉਹਦੇ ਵਿੱਚ ਇਹ ਗਲਤ ਅਰਥ ਦਿੱਤੇ ਗਏ ਨੇ ਤੇ ਇਸ ਸੰਬੰਧ ਦੇ ਵਿੱਚ ਤੁਹਾਨੂੰ ਪਤਾ ਸਾਡੇ ਮਤਲਬ ਯੂਨੀਵਰਸਿਟੀ ਵਿੱਚ ਇਹ ਪਾਛੋਂ ਕਿਉਂਕਿ ਕਲਟ ਦੇ ਜਿਹੜੇ ਸੁਭਾਵਿਕ ਜਿਹੜੇ ਪ੍ਰਚਲਿਤ ਅਰਥ ਨੇ ਨਾ ਹੂੰ ਹੂੰ ਕਿ ਇਹ ਇੱਕ ਜਿਹੜੀ ਸੈਕਟਾ ਸੰਪਰਦਾ ਜਿਹਨਾਂ ਤੁਸੀਂ ਕਿਹਾ ਉਹ ਸਭ ਦੇ ਸਾਥ ਦੀ ਜਾਂ ਉਹ ਨੂਰਮਲੀ ਇਹਦੀ ਮਾੜੀ ਬਰਤੀ ਵਾਲੇ ਲੋਕਾਂ ਦਾ ਇਕੱਠ ਹੈ ਜਿਹੜਾ ਤੇ ਇਹ ਇਹ ਅਰਥ ਆਮ ਪ੍ਰਚਲਿਤ ਹੈ ਤੇ ਤੁਸੀਂ ਕਿਉਂਕਿ ਤੁਹਾਡੇ ਪਟਿਆਲਾ ਯੂਨੀਵਰਸਿਟੀ ਨਾਲ ਵੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਇਹ ਰ ਸਾਰੇ ਸਾਰੇ ਨਾਲ ਤੁਹਾਡੇ ਕਾਫੀ ਚੰਗੇ ਸਬੰਧ ਨੇ ਤੇ ਕਾਉਂਸਲ ਆਫ ਗੁਰਦੁਆਰਾ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹੁੰਦੇ ਆ ਤੁਸੀਂ ਕੀ ਅਪਰੋਚ ਕੀਤੀ ਕਿਸੇ ਨੂੰ ਅਪਰੋਚ ਕੀਤੀ ਹੈ ਕਿਸ ਟੈਪ ਰਿਆ ਮੈਂ ਮੈਂ ਪਟਿਆਲਾ ਯੂਨੀਵਰਸਿਟੀ ਚ ਗੱਲ ਕੀਤੀ ਸੀ ਜੇ ਮੇਰੇ ਚੰਗੇ ਬਾਕਫ ਨਹੀਂ ਹੋ ਜੀ ਇਹ ਇੱਕ ਪਟਿਆਲਾ ਯੂਨੀਵਰਸਿਟੀ ਦਾ ਪੰਜਾਬੀ ਡਿਪਾਰਟਮੈਂਟ ਹੈ ਹਮ ਇੱਕ ਵਰਲਡ ਪੰਜਾਬੀ ਸੈਂਟਰ ਹੈ ਹਮ ਜਿਹਦੇ ਡਾਕਟਰ ਬਲਕਾਰ ਸਿੰਘ ਡਾਇਰੈਕਟਰ ਨੇ ਅੱਜਕੱਲ ਇਹ ਪਿਛਲੀ ਵਾਰੀ ਜਦੋਂ ਅਮਰਿੰਦਰ ਸਿੰਘ ਜੀ ਮਿਨਿਸਟਰ ਪੰਜਾਬ ਦੇ ਬਣੇ ਸੀ ਉਦੋਂ ਉਹਨਾਂ ਨੇ ਸੈਂਟਰ ਖੋਲ੍ਹਿਆ ਸੀ ਅੱਛਾ ਇਹਦਾ ਮਕਸਦ ਇਹ ਸੀਗਾ ਕਿ ਜਿਹੜੇ ਭਾਰਤੀ ਤੇ ਪਾਕਿਸਤਾਨ ਦੇ ਪੰਜਾਬੀ ਹੈਗੇ ਨੇ ਉਨਾ ਵਾਸਤੇ ਸੰਜਾ ਪਲੇਟਫਾਰਮ ਚਾਰ ਕੀਤਾ ਹੈ ਮੈਂ ਹੁਣ ਕੌਂਸਲ ਆਫ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਯੂਨੀਵਰਸਿਟੀ ਨੂੰ ਵੀ ਤੇ ਡਾਕਟਰ ਬਲਕਾਰ ਸਿੰਘ ਹੋਰਾਂ ਨੂੰ ਵੀ ਅਪਰੋਚ ਕੀਤਾ ਸੀਗਾ ਤੇ ਉਹਨਾਂ ਦਾ ਜਿਹੜਾ ਪਹਿਲਾ ਆਨਸਰ ਸੀ ਨਾ ਜੀ ਪਹਿਲਾ ਜਵਾਬ ਸੀ ਜਿਹੜਾ ਉਹ ਕਹਿੰਦੇ ਸੀਗੇ ਵੀ ਇਹਦੇ ਵਿੱਚ ਗਲਤ ਕੀ ਹੈ ਹਮ ਗਲਟ ਇੱਕ ਕੌਮ ਵੀ ਕੌਮਬਿਲਟੀ ਹੁੰਦੀ ਹੈ ਹਮ ਜਿਹੜਾ ਉਹਦਾ ਫਸਟ ਸੀਗਾ ਬਾਅਦ ਵਿੱਚ ਜਦੋਂ ਮੈਂ ਡੀਟੇਲ ਚ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਚਲੋ ਅਸੀਂ ਇਹਨੂੰ ਵੇਖਦੇ ਹਾਂ ਇਹਨੂੰ ਜੇ ਅਸੀਂ ਰੀਡਿਫਾਈਨ ਕਰ ਸਕਦੇ ਹੋਏ ਉਹਨਾਂ ਨੇ ਵੈਦਾਨੀ ਕੀਤਾ ਕਿ ਅਸੀਂ ਬਦਲ ਦਿਆਂਗੇ ਪਰ ਜਦੋਂ ਅਸੀਂ ਦੂਜੀਆਂ ਡਿਕਸ਼ਨਰੀ ਜਿਵੇਂ ਆਕਸਫੋਰਡ ਯੂਨੀਵਰਸਿਟੀ ਆਕਸਫੋਰਡ ਡਿਕਸ਼ਨਰੀ ਇੰਗਲਿਸ਼ ਦੀ ਜਦੋਂ ਨਾ ਉਹਦੇ ਵਿੱਚ ਜਦੋਂ ਕਲਟ ਦੇ ਅਸੀਂ मीनिंग ਦੇਖਦੇ ਹਾਂ ਉਹਦੇ ਵਿੱਚ ਵੀ ਸਿਮਿਲਰ ਹੈ ਹੁਣ ਜਿਹੜੀ ਗੱਲ ਇੱਕ ਮਾਨਤਾ ਬਣ ਜਾਂਦੀ ਹੈ ਕਿ ਕਲਟ ਮਾੜਾ ਹੁੰਦਾ ਹੈ ਕਿਉਂਕਿ ਜਿਹੜੀਆਂ ਮਾੜੀਆਂ ਸੰਪਰਦਾਵਾਂ ਜਾਂ ਮਾੜੇ ਲੋਕ ਨੇ ਇਕੱਠੇ ਹੋ ਜਿਆ ਉਹਨਾਂ ਨੂੰ ਵੀ ਕਲਟ ਹੀ ਆਖਿਆ ਜਾਂਦਾ ਹੈ ਜਦੋਂ ਅਸੀਂ ਕੌਮ ਦੀ ਗੱਲ ਕਰਦੇ ਹਾਂ ਕੌਮ ਠੀਕ ਹੈ ਸਿੱਖਕ ਬੱਕਰੀ ਕੌਮ ਪਰ ਉਹਦੇ ਨਾਲ ਜਦੋਂ ਅਸੀਂ ਰੀਡਿਫਾਈਨ ਕਰਨ ਦੀ ਗੱਲ ਕਰਦੇ ਹਾਂ ਕੌਮੀਅਤ ਦੀ ਗੱਲ ਕਰਦੇ ਹਾਂ ਕੌਮੀਅਤ ਹੁੰਦੀ ਨੈਸ਼ਨੈਲਿਟੀ ਨੈਸ਼ਨੈਲਿਟੀ ਦਾ ਪੰਜਾਬੀ ਅਰਥ ਹੈ ਨਾਗਰਿਕਤਾ ਸਾਡ ਕੋ ਨਾਗਰਿਕਤਾ ਕਿਹੜੀ ਹੈ ਅਸੀਂ ਲੋਕ ਬ੍ਰਿਟਿਸ਼ ਨੈਸ਼ਨੈਲਿਟੀ ਸਾਡੀ ਨੈਸ਼ਨੈਲਿਟੀ ਬ੍ਰਿਟਿਸ਼ ਹੈ ਜਾਂ ਭਾਰਤੀ ਹੈ ਜਾਂ ਪਾਕਿਸਤਾਨੀ ਹੈ ਜਾਂ ਅਮਰੀਕਨ ਹੈ ਉਹ ਨੈਸ਼ਨੈਲਿਟੀ ਹੈ ਠੀਕ ਹੈ ਅਸੀਂ ਸਿੱਖ ਕੌਮੀ ਤੌਰ ਤੇ ਜਿਹੜੀਆਂ ਕੌਮ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਹਾਂ ਠੀਕ ਹੈ ਆਪਣਾ ਕੇਂਦਰ ਹੋਣਾ ਚਾਹੀਦਾ ਹੈ ਆਪਣਾ ਇੱਕ ਜੀਵਨ ਜਾਚ ਹੋਣੀ ਚਾਹੀਦੀ ਹੈ ਆਪਣੀ ਬੋਲੀ ਹੋਣੀ ਚਾਹੀਦੀ ਹੈ ਜਿੰਨੀਆਂ ਉਹਦੀਆਂ ਰਿਕੁਆਇਰਮੈਂਟਸ ਕੌਮ ਦੀਆਂ ਹੁੰਦੀਆਂ ਅਸੀਂ ਸਾਰੀਆਂ ਪੂਰੀਆਂ ਕਰਦੇ ਹਾਂ ਪਰ ਉਹਦੇ باوجود ਵੀ ਸਾਡੀ ਇੱਕ ਆਪਣੀ ਕੌਮੀਅਤ ਹੈ ਜਿਹੜੀ ਹੋ ਤਾਂ ਹੈ ਨਹੀਂ ਇਹਨੂੰ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚਿਓ ਕਿਤੇ ਐਵੇਂ ਕਾਲੀ ਕਾਲੀ ਦੇ ਵਿੱਚ ਐਵੇਂ ਮੇਰੇ ਗੱਲ ਨਾ ਪਿਓ ਜੀ ਕੌਮ ਦੀਆਂ ਕੰਡੀਸ਼ਨਸ ਅਸੀਂ ਪੂਰੀਆਂ ਕਰਦੇ ਹਾਂ ਜਦੋਂ ਸਾਡਾ ਆਪਣਾ ਰਾਜ ਸੀ ਰਣਜੀਤ ਸਿੰਘ ਦਾ ਰਾਜ ਵੀ ਸੀ ਜਦੋਂ ਉਹ ਵੀ ਪੰਜਾਬ ਪੰਜਾਬ ਕੌਮ ਦੀ ਪੰਜਾਬੀ ਕੌਮ ਦੀ ਗੱਲ ਹੋ ਰਹੀ ਹੈ ਹਮ ਸਹਿ ਕੌਮ ਦੀ ਗੱਲ ਹੀ ਖਾਲਸਾ ਰਾਜ ਹੈ ਕੌਮियत ਪੰਜਾਬ ਦੀ ਗੱਲ ਹੋ ਰਹੀ ਹੈ ਇਹਨੂੰ ਮਤਲਬ ਕਾਲੀ ਦੇ ਵਿੱਚ ਐਵੇਂ ਹੂੜ ਮਾਦ ਦੇ ਨਾਲ ਅਡਰੈਸ ਕਰਨ ਵਾਲਾ ਇਸ਼ੂ ਨਹੀਂ ਹੈ ਇਹ ਠੀਕ ਹੈ ਮੈਨੂੰ ਪਤਾ ਲੱਗਾ ਕਿ ਐਚਐਸ ਫੂਲ ਕਾ ਹੋਰਾਂ ਨੇ ਜਿਹੜੀ ਦਿੱਲੀ ਗੁਰਦੁਆਰਾ ਕਮੇਟੀਆਂ ਨੇ ਕਮੇਟੀ ਨੇ ਪੰਜ ਵਕੀਲਾਂ ਦਾ ਇੱਕ ਪੈਨਲ ਤਿਆਰ ਕੀਤਾ ਸੀਗਾ ਉਸ ਫੈਸਲੇ ਦੀ ਨਜ਼ਰਸਾਨੀ ਕਰਨ ਵਾਸਤੇ ਉਹਨਾਂ ਨੇ ਉਹ ਸਾਰਾ ਕੁਝ ਵੇਖ ਕੇ ਮੈਨੂੰ ਪਤਾ ਲੱਗਾ ਕਿ ਐਚਐਸ ਫੂਲਕਾ ਨੇ ਸਟੇਟਮੈਂਟ ਦਿੱਤੀ ਹੈ ਕਿ ਮੈਂ ਸੁਪਰੀਮ ਕੋਰਟ ਦੇ ਵਿੱਚ ਇਹਦੇ ਅਗੇਂਸਟ ਵਚ ਪਾਈ ਹੈ ਠੀਕ ਹੈ ਮੈਨੂੰ ਪਤਾ ਉਹਦੀ ਆਊਟਕਮ ਕੀ ਹੋਣੀ ਹੈ ਤੇ ਉਹਨਾਂ ਨੇ ਕੇਸ ਗਰਾਉਂਡ ਦੇ ਉੱਤੇ ਇਹ ਪਾਈ ਹੈ ਪਰ ਸਾਨੂੰ ਇਹਦੇ ਬਾਰੇ ਬਹੁਤਾ ਪਰ ਅਸੀਂ ਤੁਸੀਂ ਜ਼ਿੰਮੇਵਾਰ ਸੱਜਣ ਹੋਣ ਦੇ ਕੋਰਦੋਵਾ ਕਨਸਲ ਦੇ ਤੁਸੀਂ ਆਪਣਾ ਫਰਜ਼ ਪੂਰਾ ਕਰ ਲਿਆ ਉਹਨਾਂ ਦਾ ਕੁਝ ਨਹੀਂ ਸਿਰਫ ਇਹ ਕਹਿਣ ਕੇ ਗੱਲ ਖਤਮ ਨਹੀਂ ਹੋਈ ਅਸੀਂ ਉਹਨੂੰ ਫਾਲੋਅ ਵੀ ਕਰਾਂਗੇ ਅਸੀਂ ਇਹਨੂੰ ਥੋੜਾ ਬਹੁਤ ਅੱਗੇ ਵੀ ਜਿਹੜਾ ਹੈਗਾ ਵੀ ਹੋਰ ਕੀ ਹੋਣਾ ਚਾਹੀਦਾ ਸੀਗਾ ਜਿਹੜਾ ਹੁਣ ਤੱਕ ਨਹੀਂ ਹੋਇਆ ਅਸੀਂ ਉਹ ਕਰਾਂਗੇ ਤੇ ਜਿੰਨੀ ਬਾਹ ਲੱਗਦੀ ਹੋਈ ਇਹਨੂੰ ਅਸੀਂ ਕਲੈਰੀਫਾਈ ਹੀ ਕਰ ਸਕਦੇ ਹਾਂ ਠੀਕ ਹੈ ਇਸ ਤੋਂ ਬਾਅਦ ਕਿਉਂਕਿ ਜਦੋਂ ਅਸੀਂ ਮਤਲਬ ਲੈਂਗੁਏਜ ਦੀਆਂ ਜਿਹੜੀਆਂ ਹੁੰਦੀਆਂ ਹਨ ਇੱਕ ਲਿਮਿਟੇਸ਼ਨਸ ਬਾਉਂਡਰੀ ਸਮਝੀਆ ਸੀਮਾਵਾਂ ਹੁੰਦੀਆਂ ਉਹਦੇ ਵਿੱਚ ਰੱਖ ਕੇ ਜਦੋਂ ਅਸੀਂ ਡਿਫਾਈਨ ਕਰਾਂਗੇ ਤੇ ਜਿਹੜੀਆਂ ਦੁਨੀਆ ਦੀਆਂ ਡਿਕਸ਼ਨਰੀਸ ਨੇ ਉਹਦੇ ਉਸ ਉਸੇ ਚੌਕਟੇ ਦੇ ਵਿੱਚ ਹੀ ਫਿੱਟ ਕਰਕੇ ਵੇਖਣ ਦੀ ਵੇਖਣਾ ਵੇਖਣਾ ਹੁੰਦਾ ਹੈ ਔਰ ਇਹਨੂੰ ਰੀਡਿਫਾਈਨ ਕਰਨ ਦੀ ਲੋੜ ਹੈ ਔਰ ਉਹਦੇ ਬਾਰੇ ਕੋਸ਼ਿਸ਼ ਆਪਾਂ ਜਾਰੀ ਰੱਖਾਂਗੇ ਠੀਕ ਹੈ ਧੰਨਵਾਦ ਜੀ ਦੂਸਰਾ ਜਗਨਨਾਥ ਪੂਰੀ ਦੀ ਗੱਲ ਕਰ ਚੁੱਕੇ ਹੋ ਉਹਦੇ ਬਾਰੇ ਥੋੜਾ ਕਲੀਅਰ ਕਰ ਦਿਓ ਸ਼ੋਰਟਲੀ ਵੈਰੀ ਬਰੀਫਲੀ ਜਿਹੜਾ ਮੱਠ ਉੱਤੇ ਟਾਇਆ ਉਹ ਕੀ ਗੁਰੂ ਨਾਨਕ ਦੇਵ ਜੀ ਸੰਬੰਧ ਸੀ ਕੀ ਸੀ ਉਹ ਅਮ ਜਿਹੜੀ ਅੱਜ ਕੱਲ کافی ਖਬਰਾਂ ਵਿੱਚ ਗੱਲ ਉੱਭਰੀ ਜਿਹੜੀ ਹਿਸਟੋਰਿਕਲੀ ਗੱਲ ਹੈ ਹਮ ਜਦੋਂ ਗੁਰੂ ਨਾਨਕ ਦੇਵ ਸਾਹਿਬ ਜਗਨਨਾਥ ਪੂਰੀ ਗਏ ਨੇ ਤੇ ਮੰਦਿਰ ਤੋਂ ਕਿਹਾ ਜਾਂਦਾ ਇਹ ਇਹ ਮੰਨਿਆ ਜਾਂਦਾ ਮੈਂ ਨਹੀਂ ਵੇਖੀ ਜਗਾ ਉਹ ਪਈ ਮੀਲ ਡੇਡ ਮੀਲ ਬਾਹ ਲਖਸਾ ਮੈਲ ਨਾਂ ਦਾ ਇੱਕ ਬਾਗ ਸੀ ਉਸ ਬਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਤਾਰਾ ਕੀਤਾ ਜੀ ਤੇ ਉਸੇ ਬਾਗ ਦੇ ਵਿੱਚ ਹੀ ਉਹ ਜਿਹੜੇ ਸੀ ਨਾ ਆਪਣੇ ਆਪ ਸਿਆਸੀ ਜਿਹੜੇ ਜਿਨ੍ਹਾਂ ਨੂੰ ਅਸੀਂ ਸੰਤ ਸਾਧ ਹੈ ਜਿਹੜੇ ਹਮ ਉਹਨਾਂ ਨੇ ਚੈਲੰਜ ਵੀ ਕੀਤਾ ਸੀਗਾ ਗੁਰੂ ਨਾਨਕ ਸਾਹਿਬ ਨੂੰ ਭਈ ਤੇਰੇ ਕੋਲ ਤਾਂ ਸਾਲਗਰਾਮ ਦਾ ਮਾਲਾ ਹੀ ਹੈ ਨ ਇਹ ਪੱਥਰੀ ਹੈ ਨਹੀਂ ਹਮ ਤੇਰੇ ਕੋਲ ਤુલਸੀ ਦੀ ਮਾਲਾ ਹੈ ਨਹੀਂ ਤੇਰੇ ਮੱਥੇ ਤੇ ਕੇਸਰ ਦਾ ਟਿੱਕਾ ਨਹੀਂ ਲੱਗਾ ਹੋਇਆ ਤੂੰ ਤਾਂ ਉਹ ਜਿਹੜੀਆਂ ਪੰਜ ਬੈਰਾਗੀਆਂ ਵਾਲੀਆਂ ਕੰਡੀਸ਼ਨਸ ਐ ਨਿਸ਼ਾਨੀਆਂ ਤੇਰੇ ਕੋਲ ਹੈ ਨਹੀਂ ਕਿਆਂ ਤੇ ਤੂੰ ਤਾਂ ਧਰਮ ਦੀ ਗੱਲ ਕਰਨ ਦਾ ਹੱਕ ਹੀ ਨਹੀਂ ਰੱਖਦਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਐ ਉਸ ਸਥਾਨ ਨਾਲ ਜੁੜਿਆ ਹੋਇਆ ਜਿਹੜਾ ਵਹਿਮ ਪਰਵ ਹੈ ਉਹਨੂੰ ਖਤਮ ਕਰਕੇ ਲੋਕਾਂ ਨੂੰ ਬਾਹਮਣ ਗਰੋਂ ਛੁੜਾ ਦਿੰਦੇ ਨੇ ਪੁਜਾਰੀ ਦੇ ਚੰਗਲ ਚੋਂ ਛੁੜਾ ਦਿੰਦੇ ਨੇ ਉਹਨਾਂ ਨੂੰ ਲੱਗਾ ਵੀ ਇੱਥੇ ਵੀ ਇਹੀ ਕੁਝ ਹੋਣਾ ਐ ਤੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਉਹਨਾਂ ਨੇ ਚੈਲੰਜ ਕੀਤਾ ਨਾ ਵੀ ਤੇਰੇ ਕੋਲ ਤਾਂ ਹੈ ਹੀ ਨਹੀਂ ਇਹ ਤੇ ਤੂੰ ਕਿਵੇਂ ਉਪਦੇਸ਼ ਦੇ ਸਕਦਾ ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਇੱਕ ਹਮ ਸਾਲ ਗ੍ਰਾਮ ਬੇ ਪੂਜ ਮਨਾਵੋ ਸੋ ਕਿਰਤ ਤੁਰਸੀ ਮਾਲਾ ਹਮ ਰਾਮ ਨਾਮ ਜਪ ਬੇੜਾ ਬੰਦੋ ਦਇਆ ਕਰੋ ਦਇਆਲਾ ਕਾਹੇ ਕਲਰਾ ਸਿੰਚੋ ਜਰਨ ਗਵਾਵੋ ਕਾਚੀ ਟਹਿਗ ਦੀਵਾਰ ਕਾਹੇ ਗੱਚ ਲਾਵੋ ਭਈ ਇਹ ਜਿਹੜੇ ਬਹਿਮ ਭਰਮ ਹੈ ਤੇ ਹੋਜੇ ਹੈ ਪੈ ਕਲਰ ਵਾਲੀ ਜ਼ਮੀਨ ਨੂੰ ਪਾਣੀ ਦੇਈ ਜੋ ਫਸਲ ਤਾਂ ਹੋਣੀ ਕੋਈ ਨਹੀਂ ਤੁਸੀਂ ਬਾਹਰੀ ਦਿਖਾਵੇ ਦੀਆਂ ਗੱਲਾਂ ਕਰਦੇ ਹੋ ਇਹ ਬਾਹਰੀ ਦਿਖਾਵੇ ਦੇ ਨਾਲ ਤਾਂ ਕੁਝ ਨਹੀਂ ਹੋਣਾ ਇਹ ਤੁਸੀਂ ਕਰਨਾ ਹੀ ਆ ਸਾਲ ਗ੍ਰਾਂਬੇ ਪੂਜ ਮਨਾਵੋ ਸੋ ਕਿਰਤ ਤુલਸੀ ਮਾਲਾ RAM ਨਾਮ ਜਪ ਬੇੜਾ ਬੰਧੋ ਵੀ ਇਹ ਜਿਹੜੇ ਗੁਣ ਆ ਇਹਨਾਂ ਨੂੰ ਧਾਰਨ ਕਰੋ ਧਰਮੀ ਮਨੁੱਖ ਨੂੰ ਇਹ ਦਿਖਾਵੇ ਦੀਆਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਉਹਦੇ ਤਾਂ ਆਪਣੇ ਜੀਵਨ ਦੇ ਵਿੱਚ ਉਹ ਧਾਰਮਿਕ ਗੁਣ ਹੋਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਦੂਰ ਤੱਕ ਗਈ ਤੇ ਜਗਨਨਾਥ ਮੰਦਿਰ ਦੇ ਵਿੱਚ ਜਿਸ ਵੇਲੇ ਆਰਤੀ ਹੋ ਰਹੀ ਹੈ ਤੇ ਉੱਥੇ ਦਾ ਜਿਹੜਾ ਲੋਕਲ ਰਾਜਾ ਹੈ ਉਹ ਗੁਰੂ ਨਾਨਕ ਸਾਹਿਬ ਨੂੰ ਆਪਣੇ ਨਾਲ ਆਰਤੀ ਵਿੱਚ ਸ਼ਾਮਲ ਹੋਣ ਵਾਸਤੇ ਲੈ ਕੇ ਗਿਆ ਹੈ। ਇਹ ਇਤਿਹਾਸਕ ਹਵਾਲੇ ਨੇ। ਜੀ। ਤੇ ਗੁਰੂ ਨਾਨਕ ਸਾਹਿਬ ਜਦੋਂ ਗਏ ਨੇ ਉੱਥੇ ਜਗਨਨਾਥ ਦੇ ਮੰਦਰ ਦੇ ਵਿੱਚ ਤੇ ਉਹ ਥਾਲੀ ਦੇ ਵਿੱਚ ਹੀਰੇ ਮੋਤੀ ਰੱਖ ਕੇ ਦੀਵੇ ਬਾਲ ਕੇ ਕੇਸਰ ਰੱਖ ਕੇ ਤੂ ਬੱਤੀ ਰੱਖ ਕੇ ਤੇ ਉਹਦਾ ਦੇ ਰਹੇ ਨੇ ਆਰਤੀ ਕਰ ਰਹੇ ਨੇ ਠਾਕੁਰ ਦੀ ਮੂਰਤੀ ਦੀ ਤੇ ਗੁਰੂ ਨਾਨਕ ਸਾਹਿਬ ਨੇ ਬਾਹਰ ਆ ਕੇ ਉਹ ਆਰਤੀ ਦਾ ਸ਼ਬਦ ਤਨਾਸਰੀ ਰਾਗ ਵਾਲਾ ਉਚਾਰਨ ਕੀਤਾ। ਗਗਨ ਮੈ ਥਾਲ ਰਵਿਚਾਂਦੀ ਪਕਮਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਾਨ ਲੋ ਪਵਨ ਚਵਰੋ ਕਰੇ ਸਗਲ ਬਨਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਉਹ ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਹੈ ਉਥੇ ਬਾਹਰ ਨਿਕਲ ਕੇ ਸਮੁੰਦਰ ਦੇ ਕੰਢੇ ਜਾ ਕੇ ਤੇ ਉਹ ਜਿਹੜੇ ਮੱਠ ਦੀ ਗੱਲ ਅੱਜ ਕੀਤੀ ਜਾ ਰਹੀ ਹੈ ਕਿ ਇਹ ਮੱਠ 450 ਸਾਲ ਪੁਰਾਣਾ ਸੀ ਉਹ ਵੇਖਣ ਨੂੰ 450 ਸਾਲ ਤੱਕੀ ਉਹ ਤੇ 50 60 ਸਾਲ ਪੁਰਾਣਾ ਲੱਗਦਾ ਹੈ ਇਹ ਮੰਦਰ ਤੋਂ ਕਿੰਨੀ ਦੂਰ ਹੈ ਇੱਕ ਇਹ ਮੰਦਰ ਦੇ ਨੇੜੇ ਬਿਲਕੁਲ ਨੇੜੇ ਆ ਉਹ ਕੋ ਮੰਦਰ ਦੇ ਆਸ-ਪਾਸ ਗਲਿਆਰਾ ਬਣਾਉਣ ਲੱਗੇ ਨੇ ਜਗਾ ਖੁੱਲੀ ਕਰਨ ਲੱਗੇ ਜਿੱਥੇ ਅਰਤੀ ਚੜ੍ਹਦੇ ਸੀ ਉਸ ਮੰਦਰ ਦੇ ਕੋਸ ਮੰਦਰ ਦੇ ਆਸ-ਪਾਸ ਹਾਂ ਜਗਾ ਖਾਲੀ ਕਰਨ ਲੱਗੇ ਨੇ ਤੇ ਉਹ ਉੱਥੇ ਦੀ ਹਾਈ ਕੋਰਟ ਨੇ ਜੱਜਮੈਂਟ ਦੇ ਕੇ ਉਹਦੇ ਬਾਰੇ ਉਹ ਟਾਇਆ ਹੈਗਾ ਗੁਰੂ ਨੰਗਦੇਵ ਜੀ ਦਾ ਸਿੱਖਾਂ ਦਾ ਉਹਨਾਂ ਕੋਈ ਸਬੰਧ ਨਹੀਂ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਉੱਥੇ ਮਤਲਬ ਜਦੋਂ ਮੰਦਰ ਚ ਗਏ ਨੇ ਪਰ ਉਹ ਜਿਹੜੀ ਬਿਲਡਿੰਗ ਹੈ ਜਿਹਨੂੰ ਅਸੀਂ 450 ਸਾਲ ਪੁਰਾਣੀ ਕਹੇ ਕਿ ਇਹ ਮਤਲਬ ਜਜ਼ਵਾਤੀ ਜੇ ਹੋਏ ਹੋਇਆ 450 ਸਾਲ ਦਾ ਵੈਸੇ ਹੀ ਨਹੀਂ ਬਣਦੇ ਹੂੰ ਜੇ ਦੇਖਿਆ ਜਾਵੇ ਤਾਂ ਗੁਰੂ ਨਾਨਕ ਸਾਹਿਬ ਜਗਨਨਾਥ ਪੂਰੀ ਦੇ ਵਿੱਚ ਤਕਰੀਬਨ 1503-4 ਪੂਰੀ ਤਰ੍ਹਾਂ ਮੈਨੂੰ ਯਾਦ ਨਹੀਂ ਇਹਦੇ ਆਸ-ਪਾਸ ਹੂੰ ਉੱਥੇ ਗਏ ਨੇ ਤੇ 500 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ ਇਹ 450 ਸਾਲ ਦੀ ਗੱਲ ਹੈ ਤੇ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਤੋਂ ਬਾਅਦ ਦੇ ਵਿੱਚੋਂ ਬਣਿਆ ਪਰ ਉਹ ਜਿਹੜੀ ਬਿਲਡਿੰਗ ਦਿਖਾਈ ਜਾ ਰਹੀ ਹੈ ਵਾਰ-ਵਾਰ ਢਾਉਂਦੀ ਜੀ ਉਹ ਇੰਨੀ ਪੁਰਾਣੀ ਬਿਲਡਿੰਗ ਤਾਂ ਹੈ ਨਹੀਂ ਮੈਨੂੰ ਪਹਿਲਾਂ ਜਿਹੜਾ ਲਖਸਾ ਮਹਿਲ ਵਾਲਾ ਸਥਾਨ ਹੈ ਉੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਗੁਰੂ ਕੇ ਮਹਿਲ ਗੁਰਦੁਆਰਾ ਹੁੰਦਾ ਸੀ ਮੈਂ ਨਹੀਂ ਵੇਖਿਆ ਮੈਨੂੰ ਅੱਜ ਦੀ ਉਹਦੀ ਕੀ ਸਿਚੁਏਸ਼ਨ ਹੈ ਮੈਨੂੰ ਨਹੀਂ ਪਤਾ ਠੀਕ ਹੈ ਤੇ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਰਹਿ ਗਿਆ ਗੱਲ ਜਿਹੜੀ ਦੂਸਰੀ ਹੈ ਨਾਗਰਿਕਤਾ ਐ ਜਿਹੜੀ ਅੱਜ ਰਾਜ ਸਭਾ ਵਿੱਚ ਵਿੱਚ ਬਿਲ ਪਾਸ ਹੋ ਗਿਆ ਕੱਲ ਲੋਕ ਸਭਾ ਵਿੱਚ ਪਾਸ ਦੀ ਗੱਲ ਕਰਦੇ ਹਾਂ ਹਾਂਜੀ ਭਾਰਤੀ ਤੇ ਉਹਦੇ ਬਾਰੇ ਉਹ ਸੇ ਬਿੱਲ ਦੇ ਵਾਸਤੇ ਬਿੱਲ ਆਪਾਂ ਆਪਣੇ ਤੇ ਸਿੱਖਾ ਵਾਸਤੇ ਗੱਲ ਕਰੀਏ ਠੀਕ ਹੈ ਦੂਸਰੇ ਕੋ ਮਾਪੋ ਆਪਣੇ ਕਰਨ ਸਾਨੂੰ ਉਹਦਾ ਕੀ ਫਾਇਦਾ ਹੋਵੇਗਾ ਉਹ ਜਿਹੜਾ ਜਿਹੜਾ ਬਿੱਲ ਪਾਸ ਹੋਇਆ ਨਾ ਇਹ ਕੈਬ ਸੀਏ ਵੀ ਹੈਗਾ ਜਿਹੜਾ ਉਹਦੇ ਰਾਹੀਂ ਕੀ ਹੋਇਆ ਭਈ ਭਾਰਤ ਨੇ ਭਾਰਤ ਸਰਕਾਰ ਨੇ ਪਰਸੋਂ ਪਾਰਲੀਮੈਂਟ ਚ ਪਾਸ ਹੋਇਆ ਅੱਜ ਰਾਜ ਸਭਾ ਚ ਪਾਸ ਹੋ ਗਿਆ ਉਹ ਹੈਗਾ ਭਈ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਤੇ ਹੋਰ ਗੁਵਾਂਡੀ ਮੁਲਕਾਂ ਤੋਂ ਆਉਣ ਵਾਲੇ ਸਿੱਖ ਹਿੰਦੂ ਬੋਧੀ ਜੈਨੀ ਤੇ ਪਾਰਸੀ ਤੇ 크੍ਰਿਸਚੀਅਨ ਇਹ ਜਿਹੜੇ ਉਧਰੋਂ ਆਏ ਨੇ ਸ਼ਰਨਾਰਥੀ ਬਣ ਕੇ ਉਹਨਾਂ ਨੂੰ ਭਾਰਤ ਦੀ ਸ਼ਹਿਰੀਅਤ ਭਾਰਤ ਦੀ ਨਾਗਰਿਕਤਾ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਦੇ ਦੇਣੀ ਹੈ ਟਾਈਮ ਪੀਰੀਅਡ ਵੀ ਹੈ ਸ਼ਾਇਦ 5 ਸਾਲ ਐ ਨਹੀਂ 6 ਸਾਲ ਹੈ 1 ਸਾਲ ਤੋਂ ਲੈ ਕੇ 6 ਸਾਲ ਦਾ ਪਹਿਲਾਂ 14 ਸਾਲ ਦਾ ਟਾਈਮ ਸੀਗਾ ਹੁਣ ਉਹਦੇ ਨਾਲ ਕੀ ਹੈ ਕਿ ਬਹੁਤ ਸਾਡੇ ਜਿਹੜੀ ਤੁਸੀਂ ਆਪਾਂ ਸਿੱਖਾਂ ਦੀ ਗੱਲ ਕਰਦੇ ਆਂ ਬਹੁਤ سارے ਸਿੱਖ afghanistan ਦੇ ਵਿੱਚੋਂ Taliban ਦੇ ਸਮੇਂ ਉਜੜ ਕੇ ਭਾਰਤ ਦੇ ਵਿੱਚ ਆ ਗਏ ਸੀ ਉਹਨਾਂ ਦੇ ਦਿੱਲੀ ਦੇ ਵਿੱਚ ਕੈਂਪ ਲੱਗੇ ਹੋਏ ਸਨ ਕਿਉਂਕਿ ਜਦੋਂ ਤੱਕ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲਦੀ ਸ਼ਹਿਰੀਅਤ ਨਹੀਂ ਮਿਲਦੀ ਸਿਟੀਜ਼ਨਸ਼ਿਪ ਨਹੀਂ ਮਿਲਦੀ ਉਹ ਆਪਣਾ ਕਾਰੋਬਾਰ ਨਹੀਂ ਕਰ ਸਕਦੇ ਉਹਨਾਂ ਨੂੰ ਮਤਲਬ ਬਹੁਤ ਗਰੀਬਾਂ ਵਾਲੀ ਜ਼ਿੰਦਗੀ ਜਿਹੜੀ ਹੈ ਨਰਕ ਵਾਲੀ ਜ਼ਿੰਦਗੀ ਜੀਣੀ ਪੈ ਰਹੀ ਸੀ ਭਾਈ ਸਾਹਿਬ ਵੀ ਉਹਨਾਂ ਦਿਨਾਂ ਵਿੱਚ ਸਿੱਖ ਚੈਨਲ ਦੀ ਟੀਮ ਮੇਰੇ ਨਾਲ ਗਈ ਸੀ ਦਿੱਲੀ ਦੇ ਵਿੱਚ ਅਸੀਂ ਇਹ ਕੋਈ ਉਹ ਜੀ ਉ ਕਲੋਨੀ ਵਿੱਚ ਜਿੱਥੇ ਬਾਅਦ ਚ ਜਿੱਥੇ ਬਿਠਾਏ ਨੇ ਝਪੜੀ ਸੀ ਉਹਨਾਂ ਜਗ੍ਹਾ ਦਿੱਤੀ ਸੀ ਗਵਰਨਮੈਂਟ ਨੇ ਇੱਥੇ ਝੌਂਪੜੀ ਤੇ ਸਾਰੇ ਆਪਣੇ ਸਰਦਾਰ ਉਹ ਸਾਰੇ ਉੱਥੋਂ ਅਫਗਾਨਿਸਤਾਨ ਤੋਂ ਆਏ ਤੇ ਉੱਥੇ ਚੰਗੇ ਰੱਜ ਦੇ ਪੁੱਜਦੇ ਸੀ ਹਾਂ ਅਫਗਾਨਿਸਤਾਨ ਸਾਰੇ ਅਮੀਰ ਸੀ ਹਾਂ ਤੇ ਇੱਥੇ ਆ ਕੇ ਜੋ ਉਹਨਾਂ ਦੀ ਹਾਲਾਤ ਸੀ ਉਹ ਦੇਖੀ ਜਾ ਸਕਦੀ ਸੀ ਸਿੱਖ ਚੈਨਲ ਨੇ ਆਪਣੇ ਜੀ ਆਜ ਤੱਕ 7-8 ਸਾਲ ਪਹਿਲਾਂ ਦਿਖਾਈ ਸੀ ਤੇ ਜੇ ਹੁਣ ਉਹਨਾਂ ਨੂੰ ਰਾਤ ਮਿਲਦੀ ਹੈ ਤੇ ਬੜੀ ਚੰਗੀ ਗੱਲ ਹੈ। ਨਹੀਂ ਇਹਦੇ ਵਿੱਚ ਇਹ ਬਹੁਤ ਮੈਂ ਮੈਂ ਜਦੋਂ ਅਸੀਂ ਆਪਣੀ ਸਿਰਫ ਸਿੱਖਾਂ ਦੀ ਗੱਲ ਕਰਨੀ ਹੋਵੇ ਤੇ ਮੈਂ ਮਹਿਸੂਸ ਕਰਦਾ ਕਿ ਇਸ ਬੈਲ ਦੇ ਨਾਲ ਸਿੱਖਾਂ ਨੂੰ ਫਾਇਦਾ ਹੋਇਆ। ਹਮ। ਐ ਚਲੋ ਪਾਕਿਸਤਾਨ ਦੇ ਤਾਂ ਹਾਲਾਤ ਐਸੇ ਨਹੀਂ ਹੈਗੇ ਸਾਨੂੰ ਸਿੱਖਾਂ ਨੂੰ ਉੱਥੇ ਕੋਈ ਖਾਸ ਖਤਰਾ ਨਹੀਂ ਹੈਗਾ। ਐ ਉੱਥੋਂ ਨਹੀਂ ਆਉਂਦੇ ਅਸੀਂ ਮਤਲਬ ਛੱਡ ਕੇ। ਅਫਗਾਨਿਸਤਾਨ ਦੇ ਵਿੱਚੋਂ ਆਏ ਬਹੁਤ। ਬੰਗਲਾਦੇਸ਼ ਦੇ ਵਿੱਚੋਂ ਪੁਟਾਂ ਉੱਪਰ ਉਧਰ ਇਹ ਪੁਟਾਂ ਵਾਲੇ ਪਾਸੇ ਕੁਝ ਪ੍ਰੋਬਲਮਸ ਹੋਈਆਂ ਸਿੱਕਮ ਦੇ ਵਿੱਚ ਪ੍ਰੋਬਲਮਸ ਹੋਈਆਂ। ਹਮ। ਉਹ ਜਦੋਂ ਇਧਰੋਂ ਕਿਦੋਂ ਘੱਟ ਗਿਣਤੀ ਜਿਹਨੀ ਘੱਟ ਗਿਣਤੀ ਨੇ ਜਿਹੜੇ ਹਾਂਜੀ ਉਹਨਾਂ ਦੇਸ਼ਾਂ ਵਿੱਚ ਘੱਟ ਗਿਣਤੀ ਭਾਰਤ ਵਿੱਚ ਨਹੀਂ ਹਾਂਜੀ ਭਾਰਤ ਵਿੱਚ Hindu ਘੱਟ ਗਿਣਤੀ ਨਹੀਂ ਹੈਗੇ ਪਰ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਦੇ ਵਿੱਚ Hindu ਜਿਹੜੇ ਮਿਨੋਰਟੀ ਚ ਘੱਟ ਗਿਣਤੀ ਚ ਉਹ ਜਦੋਂ ਆਉਣਗੇ ਤੇ ਉਹਨਾਂ ਵਾਸਤੇ ਸ਼ਰਤਾਂ ਨਰਮ ਕੀਤੀਆਂ ਹੈਗੀਆਂ ਵੀ ਸਾਲ ਕੁ ਰਹਿਣ ਤੋਂ ਬਾਅਦ ਉਹਨਾਂ ਨੂੰ ਜਿਹੜੀ ਉੱਥੇ ਦੀ ਸਿਟੀਨਸ਼ਿਪ ਹੈ ਭਾਰਤ ਦੀ ਉਹ ਦੇ ਦਿੱਤੀ ਜਾਊਗੀ ਉਹ ਭਾਰਤ ਦੇ ਸ਼ਹਿਰੀ ਹੋ ਜਾਣਗੇ ਤੇ ਬਾਕੀਆਂ ਵਾਂਗੂ ਹੀ ਉਹ ਆਪਣੇ ਕਾਰੋਬਾਰ ਕਰ ਸਕਣਗੇ ਆਪਣੀ ਪ੍ਰਾਪਰਟੀ ਬਣਾ ਸਕਣਗੇ ਆਪਣੇ ਘਰ ਬਣਾ ਸਕਣਗੇ ਆਪਣੀ ਮਤਲਬ ਬਿਜ਼ਨਸ ਸ਼ੁਰੂ ਕਰ ਸਕਣਗੇ ਬੱਚੇ ਸਕੂਲਾਂ ਵਿੱਚ ਜਾ ਸਕਦੇ ਬੱਚੇ ਸਕੂਲਾਂ ਵਿੱਚ ਪੜ੍ਹ ਸਕਣਗੇ ਉਹ ਆਮ ਲੋਕਾਂ ਦੀ ਤਰ੍ਹਾਂ ਆਪਣਾ ਜਿਹੜੀ ਜ਼ਿੰਦਗੀ ਹੈ ਉਹ ਬਿਤਾ ਸਕਣਗੇ ਤੇ ਮੈਂ ਮਹਿਸੂਸ ਕਰਦਾ ਕਿ ਇਸ ਬਿੱਲ ਦੇ ਨਾਲ ਸਿੱਖਾਂ ਨੂੰ ਫਾਇਦਾ ਹੋਇਆ ਹੂੰ ਖਾਸ ਕਰਕੇ ਜਿਹੜੇ ਅਫਗਾਨਿਸਤਾਨ ਤੋਂ ਬੜੀ ਬੜੀ تعداد ਦੇ ਵਿੱਚ ਸਿੱਖਾਇਏ ਸਨ ਤੇ ਉਹ ਦਿੱਲੀ ਦੇ ਆਸ-ਪਾਸ ਬਣੇ ਦਿੱਲੀ ਕੌਂਸਲ ਨੇ ਸਿਰਫ ਉਹਨਾਂ ਜਗ੍ਹਾ ਦਿੱਤੀ ਹੋਈ ਸੀ ਤੇ ਉਹ ਝੁੰਪਣੀ ਦੇ ਵਿੱਚ ਆਪਣਾ ਜੀਵਨ ਨਰਕਾਂ ਭਰੀ ਜਿਵੇਂ ਬਤੀਤ ਕਰਦੇ ਸਨ ਟਾਈਮ ਪਾਸ ਕਰਦੇ ਸੀ ਹਾਂਜੀ ਟਾਈਮ ਪਾਸ ਕਰ ਬਹੁਤ ਸਾਰੇ ਲੋਕ ਇਧਰ ਯੂਰਪ ਦੇ ਵਿੱਚ ਜਿਹੜੇ ਨਿਕਲੇ ਚਲੇ ਗਏ ਯੂਰਪ ਦੇ ਵਿੱਚ ਆ ਗਏ ਇੰਗਲੈਂਡ 'ਚ ਕਾਫੀ ਆ ਗਏ ਸੀਗੇ ਕੈਨੇਡਾ ਦੇ ਵਿੱਚ ਕੁਝ ਚਲੇ ਗਏ ਜਿਹੜੇ ਆ ਸਕੇ ਬਾਹਰ ਉਹ ਆ ਗਏ ਉਹਨਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਨੂੰ ਸਾਰਾ ਕੁਝ ਹੋ ਗਿਆ ਪਰ ਜਿਹੜੇ ਭਾਰਤ ਵਿੱਚ ਗਏ ਸਨ ਸਿੱਖ ਅਫਗਾਨਿਸਤਾਨ 'ਚ ਉਹਨਾਂ ਨੂੰ ਕੋਈ ਸਟੇਟਸ ਨਹੀਂ ਸੀਗਾ ਉਹਨਾਂ ਦਾ ਉਹ ਸਟੇਟਲੈਸ ਜਿਦਾਂ ਹੁੰਦਾ ਨਾ ਸ਼ਰਨਾਰਥੀਆਂ ਵਾਲਾ ਉਹਨਾਂ ਦੀ ਸਿਚੁਏਸ਼ਨ ਹੈਗੀ ਸੀਗੀ ਉਹਨਾਂ ਨੂੰ ਹੁਣ ਭਾਰਤੀ ਨਾਗਰਿਕਤਾ ਜਿਹੜੀ ਹੈ ਉਹ ਮਿਲ ਜਾਊਗੀ ਉਹ ਆਪਣੇ ਕਾਰੋਬਾਰ ਕਰਨਗੇ ਮਿਹਨਤਿਤ ਹੈ ਹੀ ਸਾਰੇ ਹਾਂ ਠੀਕ ਹੈ ਗੁਰੂ ਦੀ ਭੌ ਭਾਵਨੀ ਵਿੱਚ ਚੱਲਣ ਵਾਲੇ ਲੋਕ ਨੇ ਜੀ ਤੇ ਆਪਾਂ ਹੀ ਗੁਰੂ ਨੇ ਕਿਰਪਾ ਕਰਨੀ ਹੈ ਮਿਹਨਤ ਕਰਨਗੇ ਤੇ ਇਸ ਪਹਿਲੂ ਤੋਂ ਇਸ ਪੱਖ ਤੋਂ ਇਸ ਬਿੱਲ ਦਾ ਸੇਖਾ ਨੂੰ ਐਸੇ ਇਕੱਠ ਗਣਤੀ ਫਾਇਦਾ ਹੋਇਆ ਕਿਉਂਕਿ ਜੇ ਆਖੀਏ ਕਿ ਜੋ ਅਫਗਾਨਿਸਤਾਨ ਤੋਂ ਆਏ ਨੇ ਉਹਨਾਂ ਨੂੰ ਵਾਪਸ ਉੱਥੇ ਜਾਣਾ ਹੈ ਕਾਬਲ ਕੰਦਾਰਾ 'ਚ ਵਾਪਸ ਜਾਣਾ ਹੈ ਤੇ ਇਹ ਨਾ ਮੁਮਕਨ ਹੈ ਕਿਉਂਕਿ ਉੱਥੇ ਹਾਲਾਤ ਇਹੋ ਜਿਹੇ ਨਹੀਂ ਹਾਲਾਤ ਬਦਲ ਗਏ ਨੇ ਬਹੁਤ ਜ਼ਿਆਦਾ ਨਾਲੇ ਹੁਣ ਬਹੁਤ ਲੰਬਾ ਸਮਾਂ ਹੋ ਗਿਆ ਡਾਕਟਰ ਹਾਂਜੀ ਉਹ ਕਹਿੰਦੇ ਦੂਜੇ ਤੀਜੀ ਪੋਛ ਤੇ ਸਾਡੀ ਇੱਥੇ ਬੈਠੀ ਹਾਂ ਥੋੜੇ ਸਮੇਂ ਤੋਂ ਬਾਅਦ ਤੁਸੀਂ ਵਾਪਸ ਜਾ ਕੇ ਆਪਣਾ ਕਾਰੋਬਾਰ ਸੰਭਾਲ ਸਕਦੇ ਹੋ ਇੰਨਾ ਲੰਬਾ ਸਮਾਂ ਜਦੋਂ ਹੋ ਜਾਂਦਾ ਫਿਰ ਵਾਪਸ ਜਾ ਕੇ ਦੁਬਾਰਾ ਉੱਥੇ ਐਸਟੈਬਲਿਸ਼ ਹੋਣਾ ਔਖਾ ਹੋ ਜਾਂਦਾ ਇਸ ਕਰਕੇ ਚੰਗਾ ਹੋਇਆ ਕਿ ਉਹਨਾਂ ਨੂੰ ਇੱਥੇ ਸੈੱਟ ਹੋ ਜਾਣਗੇ ਹੂੰ ਸੋ ਇਹ ਜੋ ਚੱਲਦੇ ਅੱਜਕੱਲ ਦੇ ਚੱਲਦੇ ਮਸਲੇ ਸਨ ਉਹਨਾਂ ਤੇ ਵੀ ਭਾਈ ਸਾਹਿਬ ਨੇ ਵਿਚਾਰ ਪ੍ਰਗਟ ਕੀਤੇ ਨੇ ਤਾਂ ਕਿ ਖਾਸ ਕਰਕੇ ਆਪਾਂ ਸਿੱਖ ਚੈਨਲ ਦੇ ਬੈਠੇ ਬੈਠਿਆਂ ਪਲੈਟਫਾਰਮ ਦੇ ਤੇ ਸਿੱਖਾਂ ਦੀ ਗੱਲ ਹੀ ਕਰਦੇ ਆ ਠੀਕ ਆ ਕੱਲ ਸਭੇ ਸੰਜੀ ਵਾਸਤੇ ਕੋਈ ਨਾ ਦੱਸੇ ਬਾਹਰ ਆ ਜਾ ਸਾਰੇ ਨੀ ਗੱਲ ਕਰਦੇ ਆ ਉਹਦੇ ਬਾਰੇ ਬਹੁਤ ਰਾਜਸਵਾ ਦੇ ਵਿੱਚ ਮੈਂ ਹੈਰਾਨ ਹੋਇਆ ਪੀ 125 ਮੈਂਬਰਾਂ ਨੇ ਇਹਨਾਂ ਦੇ ਹੱਕ 'ਚ ਵੋਟ ਪਾਈ ਹਾਲਾਂਕਿ ਬੀ ਜੀ ਪੀ ਦੇ ਮੈਂਬਰ ਇੰਨੇ ਨਹੀਂ ਹੈਗੇ ਔਰ ਲੋਕਾਂ ਨੇ ਵੀ ਸਪੋਰਟ ਕੀਤੀ ਹੈਗੀ ਹੈ ਔਰ ਅਕਾਲੀ ਦਲ ਨੇ ਪਾਰਲੀਮੈਂਟ 'ਚ ਥੋੜਾ ਜਿਹਾ ਰੇਜ਼ ਕੀਤਾ ਹੈ ਕਿ ਇਹ ਖੁੱਲ੍ਹ ਮੁਸਲਮਾਨਾਂ ਨੂੰ ਵੀ ਹੋਣੀ ਚਾਹੀਦੀ ਹੈ ਕਿਉਂਕਿ ਸਾਰੇ ਇੱਕੋ ਜਿਹੇ ਨੇ ਪਰ ਭਾਰਤ ਸਰਕਾਰ ਦਾ ਜਿਹੜਾ ਲੌਜਿਕ ਹੈ ਇਹਦੇ ਵਿੱਚ ਮੈਂ ਜਸਟੀਫਾਈ ਕਰਨ ਵਾਸਤੇ ਨਹੀਂ ਬੈਠਾ ਜਿਹੜਾ ਭਾਰਤ ਸਰਕਾਰ ਨੇ ਰੀਜ਼ਨ ਦਿੱਤਾ ਇਹਦੇ ਪਿੱਛੇ ਉਹ ਸਹੀ ਆ ਜਾਂ ਨਹੀਂ ਸਹੀ ਇਹ ਸਾਡੇ ਦਰਸ਼ਕਾਂ ਦਾ ਫੈਸਲਾ ਕਰ ਲੈਣ ਉਹਨਾਂ ਨੇ ਇਹ ਕਿਹਾ ਪਈ ਮੈਂ ਮੁਸਲਮਾਨ ਤਾਂ ਅਫਗਾਨਿਸਤਾਨ ਦੇ ਵਿੱਚ ਮਿਨੋਰਟੀ ਹੈ ਹੀ ਨਹੀਂ ਬੰਗਲਾਦੇਸ਼ ਦੇ ਵਿੱਚ ਵੀ ਘੱਟ ਗਿਣਤੀ ਨਹੀਂ ਹੈਗੇ ਜਿਹੜੇ ਉਹਨਾਂ ਦੇਸ਼ਾਂ ਵਿੱਚ ਘੱਟ ਗਿਣਤੀ ਦੇ ਤੌਰ ਦੇ ਉੱਤੇ ਉੱਥੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਔਰ ਉਹ ਛੱਡ ਕੇ ਭਾਰਤ ਵਿੱਚ ਆਏ ਨੇ ਤੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦੇਣੀ ਹੈ ਜਿਹੜੇ ਆਲਰੇਡੀ ਉੱਥੇ ਮੈਜੋਰਟੀ ਦੇ ਵਿੱਚ ਹੈ ਉਹਨਾਂ ਦੇ ਵਿੱਚੋਂ ਜੇ ਕੋਈ ਆਉਂਦਾ ਹੈ ਉਹਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਕਿਉਂਕਿ ਇਹਦੇ ਬਾਰੇ ਕਾਫੀ ਗੜਬੜ ਹੋਈ ਜਿਹੜੇ ਨਾਰਥ ਈਸਟ ਦੀਆਂ ਕੁਝ ਸਟੇਟਸ ਨੇ ਅਸਾਮ ਮੈਂ ਗੱਲ ਆ ਵਗੈਰਾ ਉਹਨਾਂ ਨੂੰ ਫਾਰ ਦਾ ਟਾਈਮ ਬੀਇੰਗ ਇਸ ਕੰਡੀਸ਼ਨ ਤੋਂ ਬਾਹਰ ਰੱਖਿਆ ਗਿਆ ਕਿਉਂਕਿ ਉਥੇ ਬੰਗਲਾਦੇਸ਼ ਤੋਂ ਆਏ ਹੋਏ ਲੱਖਾਂ ਲੋਕ ਨੇ ਜਿਹੜੇ ਜਿਵੇਂ ਇਲੀਗਲ ਇਮੀਗ੍ਰੈਂਟਸ ਹੁੰਦੇ ਆ ਨਾ ਉਥੇ ਰਹਿ ਰਹੇ ਨੇ ਹਾਲੇ ਉਹਨਾਂ ਬਾਰੇ ਭਾਰਤ ਸਰਕਾਰ ਕੀ ਆਉਣ ਵਾਲੇ ਸਮੇਂ ਚ ਫੈਸਲਾ ਕਰਦੀ ਹੈ ਉਹ ਬਾਅਦ ਦੀ ਗੱਲ ਹੈ ਪਰ ਜੋ ਇਹ ਫੈਸਲਾ ਹੋਇਆ ਮੈਂ ਮਹਿਸੂਸ ਕਰਦਾ ਕੋ ਸਿਖਾਉਣ ਦੇ ਲਈ ਚੰਗਾ ਹੋਇਆ ਹਾਂਜੀ ਹੁਣ ਜਿੱਥੇ ਰਹਿ ਰਹੇ ਆ ਉਹ ਇਸ ਦਿੱਸਤੀ ਕੱਲ ਨੂੰ ਲਖਸ਼ਨਾ ਨੇ ਉਡੀ ਬਰੀਫਲੀ ਗੱਲ ਕਰਦੇ ਹੋ ਕਿ ਤਿੰਨ ਚਾਰ ਪਾਰਟੀਆਂ ਘੜੀਆਂ ਨੇ ਤੇ ਇਹਦਾ ਹੁਣ ਫੈਸਲਾ ਤੇ ਕੱਲ ਸ਼ਾਮ ਤੱਕ ਸ਼ਾਮ ਨੂੰ ਅੱਧੀ ਰਾਤ ਤੱਕ ਹੋ ਹੀ ਜਾਣਾ ਹੈ ਕੌਣ گاਹ ਪ੍ਰੈਜ਼ੀਡੈਂਟ ਬਣ ਪ੍ਰਧਾਨ ਬਣਦਾ ਹੈ ਕੌਣ ਨਹੀਂ ਪਰ ਇਹ ਅਸੀਂ ਆ ਆਪਣੇ ਨੂੰ ਜ਼ਰੂਰ ਕਰਮਗੇ ਕਿ ਆਪਣੀ ਵੋਟ ਗਵਾਓ ਨਾ ਆਪਣੀ ਵੋਟ ਜਰੂਰ ਪਾਓ ਬਾਕੀ ਕਰਤੇ ਹੱਥ ਵੜਿਆਈਆਂ ਹੂੰ ਕਹਿੰਦੇ ਇਹਨੂੰ ਉਹਨਾਂ ਨੇ ਮਤਲਬ ਜੱਤ ਦਾ ਸੇਰਾ ਦੇਣਾ ਹੈ ਹਾਂ ਇਹ ਵਾਹਿਗੁਰੂ ਜਾਣੇ ਉਦੀ ਜਿਹਨੂੰ ਜਿਹਦੇ ਉੱਤੇ ਮਤਲਬ ਹੱਥ ਰੱਖਣਾ ਹੋਇਆ ਜਿਹਨੂੰ ਜ਼ਿੰਮੇਵਾਰੀ ਦੇਣੀ ਹੋਈ ਪਰ ਆਪਣੀ ਆਪਣੀ ਜਿਹੜੀ ਵੋਟ ਹੈ ਉਹਦੀ ਬਹੁਤ ਵੈਲਿਊ ਹੁੰਦੀ ਹੈ ਮੈਂ ਪਹਿਲਾਂ ਡਾਕਟਰ ਸਾਹਿਬ ਮੇਰੀ ਆਪਣੀ ਨਿੱਜੀ ਹੈਗਾ ਮੈਂ ਕਈ ਵਾਰੀ ਵੋਟ ਨਹੀਂ ਪਾਉਂਦਾ ਹੁੰਦਾ ਸੀ ਮੈਨੂੰ ਯਾਦ ਆ ਜੇ ਇਸ ਵੇਲੇ ਨੈਲਸਨ ਮੰਡੇਲਾ ਜੇਲ੍ਹ ਚੋਂ ਆਇਆ ਸਾਊਥ ਅਫਰੀਕਾ ਚ ਪਹਿਲੀ ਵਾਰੀ ਜਦੋਂ ਇਲੈਕਸ਼ਨ ਹੋਈ ਹੈ ਉਹ ਜੋ ਟੀਵੀ ਤੇ ਖਬਰਾਂ ਵੇਖੀਆਂ ਨਾ ਲਾਈਨਾਂ ਲੱਗੀਆਂ ਲੋਕ ਤਿੰਨ ਤਿੰਨ ਦਿਨ ਲਾਈਨਾਂ 'ਚ ਖੜੇ ਰਹੇ ਭੁੱਖੇ ਤੇ ਆਏ ਵੋਟ ਪਾਉਣ ਵਾਸਤੇ ਕਿਉਂਕਿ ਉਹਨਾਂ ਨੂੰ ਪਹਿਲੀ ਵਾਰੀ ਵੋਟ ਪਾਉਣ ਦਾ ਹੱਕ ਮਿਲਿਆ ਸੀ ਉਹਨਾਂ ਨੂੰ ਲਾਈਨ 'ਚ ਖੜਿਆ ਨੂੰ ਵੇਖ ਕੇ ਮੈਨੂੰ ਆਪਣੇ ਆਪ 'ਚ ਬੜੀ ਸ਼ਰਮ ਮਹਿਸੂਸ ਹੋਈ ਮੈਂ ਆਪਣੇ ਘਰੋਂ ਚੱਲ ਕੇ ਉੱਥੇ ਜਾ ਕੇ ਵੋਟ ਪਾਉਣ ਨਹੀਂ ਜਾਂਦਾ ਮੈਂ ਲੇਜੀ ਹੋ ਜਾਂਦਾ ਮੈਨੂੰ ਪਤਾ ਨਹੀਂ ਇਹਦੀ ਵੈਲਿਊ ਕੀ ਹੈ ਜਿਨ੍ਹਾਂ ਲੋਕਾਂ ਨੂੰ ਵੈਲਿਊ ਦਾ ਪਤਾ ਜਿਨ੍ਹਾਂ ਦੇ ਕੋਲ ਨਹੀਂ ਸੀ ਅਧਿਕਾਰ ਇਹ ਅਧਿਕਾਰ ਮਿਲਿਆ ਉਹ ਤਿੰਨ ਤਿੰਨ ਦਿਨ ਲਾਈਨਾਂ 'ਚ ਖੜੇ ਰਹੇ ਵੋਟ ਪਾਉਣ ਵਾਸਤੇ ਤੇ ਇਸ ਕਰਕੇ ਜਿਹੜੀ ਵੋਟ ਹੈ ਉਹਦੀ ਵ ਉਹਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੀ ਵੀ ਪਾਰਟੀ ਤੁਹਾਨੂੰ ਠੀਕ ਲੱਗੇ ਉਹਨੂੰ ਆਪਣੀ ਵੋਟ ਪਾਓ ਆਪਣੀ ਗੱਲ ਕਹੋ ਇਹ ਡੈਮੋਕ੍ਰੈਟਿਕ ਸਿਸਟਮ ਦਾ ਤੁਹਾਡਾ ਹੱਕ ਹੈ ਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ By design is an independent retailer for bespoke affordable kitchens, bathrooms and bedroom furniture. We provide a professional one-to-one -one service with our experienced designers to help